ਦੇਖ ਰਹੇ ਜਸ ਟੀਵੀ ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ ਟੂ ਦਾ ਪੁਆਇੰਟ ਵਿੱਚ ਅੱਜ ਮੁੱਦਾ ਹੈਗਾ ਰੈਫਰੈਂਡਮ ਦਾ ਰੈਫਰੈਂਡਮ 2020 ਤੇ ਵਾਰ ਵਾਰ ਸਿਆਸਤ ਹੁੰਦੀ ਹੈ ਅਤੇ ਸਿਆਸਤ ਵਿੱਚੋਂ ਨਿਕਲ ਕੇ ਆਕੀ ਸਵਾਲ ਇਹ ਵੀ ਹੈਗਾ ਸਵਾਲ ਇਹ ਵੀ ਹੈਗਾ ਕਿ ਰੈਫਰੈਂਡਮ 'ਤੇ ਵਾਰ ਵਾਰ ਜਿਹੜੀ ਰਾਜਨੀਤੀ ਹੋ ਰਹੀ ਹੈ ਦੇਸ਼ ਦੇ ਵਿੱਚ ਉਸ ਵਿੱਚੋਂ ਕੀ ਨਿਕਲੇਗਾ ਕਿ 2019 ਲਈ ਇਹ ਸਭ ਕੁਝ ਤਿਆਰ ਤਾਂ ਨਹੀਂ ਕੀਤਾ ਜਾ ਰਿਹਾ ਜਦੋਂ ਚੋਣਾਂ ਨੇੜੇ ਹੁੰਦੀਆਂ ਉਦੋਂ ਰੈਫਰੈਂਡਮ ਦਾ ਮੁੱਦਾ ਬਾਹਰ ਆ ਜਾਂਦਾ ਪਰ ਸਵਾਲ ਇਹ ਹੈਗਾ ਕਿ ਰੈਫਰੈਂਡਮ 2020 ਤੋਂ ਪਹਿਲਾਂ ਲੰਡਨ ਐਲਾਨਨਾਮੇ 'ਤੇ ਰੋਲਾ ਕਿਉਂ ਪਿਆ ਹੋਇਆ ਇਹ 2018 ਵਿੱਚ ਹੀ ਰੋਲਾ ਕਿਉਂ ਪੈ ਗਿਆ ਸਵਾਲ ਇਹ ਹੈਗਾ ਰੈਫਰੈਂਡਮ ਦੇ ਰੋਲੇ 'ਚੋਂ ਨਿਕਲੇਗਾ ਕੀ ਅੱਜ ਬਹਿਸ ਇਸ ਕਰਕੇ ਕਰ ਰਹੇ ਹਾਂ ਕਿ ਰੈਫਰੈਂਡਮ 2020 'ਤੇ ਰੋਲਾ ਪਿਆ ਹੋਇਆ ਲੰਡਨ ਐਲਾਨਨਾਮੇ 'ਤੇ ਸਾਰੀ ਇਹ ਜਿਹੜੀ ਚਰਚਾ ਛੇੜੀ ਜਾ ਰਹੀ ਹੈ ਰੈਫਰੈਂਡਮ 2020 ਲੰਡਨ ਨੂੰ ਰੋਕਣ ਦੀ ਭਾਰਤ ਸਰਕਾਰ ਨੇ ਯੂਕੇ ਨੂੰ ਮੰਗ ਕੀਤੀ ਹੋਈ ਹੈ ਇੱਕ ਚਿੱਠੀ ਵੀ ਲਿਖੀ ਸੀ ਯੂਕੇ ਸਰਕਾਰ ਨੇ ਭਾਰਤ ਦੀ ਮੰਗ ਨੂੰ ਖਾਰਜ ਕਰ ਦਿੱਤਾ ਮੀਡੀਆ ਰਿਪੋਰਟਸ ਦੇ ਹਵਾਲੇ ਨਾਲ ਇਹ ਗੱਲ ਕਹੀ ਜਾ ਰਹੀ ਹੈ 12 ਅਗਸਤ ਨੂੰ ਲੰਡਨ ਦੇ ਟ੍ਰੈਫਲਗਰ ਸਕੁਏਅਰ 'ਚ ਪ੍ਰਬੰਧ ਕੀਤਾ ਗਿਆ ਹੈ ਪ੍ਰੋਗਰਾਮ ਅਤੇ ਮੀਡੀਆ ਰਿਪੋਰਟਸ ਮੁਤਾਬਕ ਪਰਮਜੀਤ ਪੰਮਾ ਨੇ ਇਹ ਸਾਰੀ ਕਮਾਂਡ ਸਾਂਭੀ ਹੋਈ ਹੈ ਭਾਰਤੀ ਪਾਰਲੀਮੈਂਟ 'ਚ ਵੀ ਇਹ ਰੈਫਰੈਂਡਮ ਦਾ ਮਸਲਾ ਵਾਰ ਵਾਰ ਗੂੰਜਦਾ ਪਿਆ ਅਤੇ ਹੁਣ ਇੱਕ ਵਾਰ ਫਿਰ ਗੂੰਜਿਆ ਹੋਇਆ ਅਤੇ ਸਿਆਸਤ ਕਹਿੰਦੀ ਕੀ ਪਈ ਹੈ ਪਹਿਲਾਂ ਸੁਣ ਲਈਏ बार बार इम्तिहान पंजाब का मत लीजिए बार बार सरदार बयान सिंह पैदा नहीं होगा मैडम आज पहले ही रेफरेंडम 2020 चल रहा है मैं उसमें ये अकाली दल उसमें आग में घी डालने का काम कर रहा है इनको पंजाब से और देश से माफी मांगनी चाहिए मैडम एक अपराधी को अपराधी आरोप नहीं किसी किसी पर आरोप भारत सरकार तरन चुकी है ਵੈਸੇ ਕੋਈ ਅਕਾਲੀ ਦਲ ਦੇ ਕੋਲ ਕੋਈ ਮਤਲਬ ਆਫੀਸ਼ੀਅਲ ਕਿਸੇ ਕਿਸਮ ਦੀ ਇਨਫੋਰਮੇਸ਼ਨ ਨਹੀਂ ਤਾਂ ਲੱਗਦਾ ਇਸ ਤਰੀਕੇ ਦੀ ਰੈਲੀ ਹੋਣੀ ਚਾਹੀਦੀ ਹੈ 12 ਅਗਸਤ ਹੁਣ ਕਿਹੜੀ ਰੈਲੀ ਆ ਕੀ ਰੈਲੀ ਦਾ ਮਕਸਦ ਆ ਕੀ ਆ ਉਹਦਾ ਬਾਅਦ ਪਤਾ ਲੱਗਦਾ ਪਹਿਲਾਂ ਪੰਜਾਬ ਦੀ ਜਵਾਨੀ ਨੂੰ ਟੈਰਰਿਸਟਾਂ ਰਾਹੀਂ ਖਰਾਬ ਕੀਤਾ ਹੁਣ ਪੰਜਾਬ ਦੀ ਜਵਾਨੀ ਨੂੰ ਡਰੱਗ ਦੇ ਰਾਹੀਂ ਖਰਾਬ ਕੀਤਾ ਜਾ ਰਿਹਾ ਮੈਂ ਕਨਵਿੰਸਡ ਹਾਂ ਕਿ ਉਹ ਇੰਟਰਨੈਸ਼ਨਲ ਸਾਜਿਸ਼ ਹੋ ਰਹੀ ਹੈ ਬਾਕੀ ਇਸ ਗੱਲ ਨੂੰ ਦੇਖਣਗੇ ਨੈਸ਼ਨਲ ਬਿਲਕੁਲ ਪੰਜਾਬ ਦੀ ਸਟ੍ਰੈਟੇਜਿਕ ਸਿਚੁਏਸ਼ਨ ਦੇਖਦੇ ਹੋਏ ਪੰਜਾਬ ਦੇ ਨੌਜਵਾਨਾਂ ਦੀ ਜਿਹੜੀ ਜਵਾਨੀ ਖਰਾਬ ਹੋ ਰਹੀ ਹੈ ਪੰਜਾਬ ਦਾ ਜਿਹੜਾ ਸਾਰਾ ਸਾਡਾ ਸੋਸ਼ੀਓ ਜਿਹੜਾ ਢਾਂਚਾ ਹੈ ਸਾਰਾ ਸਾਡਾ ਸੋਸ਼ੀਓ ਇਕਨੋਮਿਕ ਸਾਡਾ ਸੋਸ਼ੀਓ ਪੋਲੀਟੀਕਲ ਸਾਰੇ ਢਾਂਚੇ ਸਾਡੇ ਖਰਾਬ ਕੀਤੇ ਜਾ ਰਹੇ ਨੇ ਪਰ ਅਸੀਂ ਬੜੇ ਇਸ ਗੱਲ ਲਈ ਵਚਨਬੱਧ ਹੈ ਸੀ ਐਮ ਸਾਹਿਬ ਕਿ ਅਸੀਂ ਇਸ ਤਰ੍ਹਾਂ ਦੀ ਕੋਈ ਚੀਜ਼ ਪੰਜਾਬ ਨਾਲ ਵਾਪਰਨ ਨਹੀਂ ਦੇਣੀ ਪੁੱਛਗਿੱਛ ਕੀਤੀ ਹੈ ਕਿ ਸਾਨੂੰ ਵੀ ਦੱਸ ਦਿਓ ਇਹ ਕਾਹਦੇ ਲਈ ਹੈ ਕਿਵੇਂ ਰੈਫਰੈਂਡਮ ਹੋਊਗਾ ਕਿਉਂ ਕਰਕੇ ਜਿਹੜਾ ਰੈਫਰੈਂਡਮ ਹੁੰਦਾ ਉਹ ਸਰਕਾਰ ਮੁੜ ਕਰਾਉਂਦੇ ਆ ਜਿਵੇਂ ਸਪੇਨ ਦੇ ਵਿੱਚ ਹੋਇਆ ਬਰਤਾਨੀਆ ਦੇ ਵਿੱਚ ਹੋਏ ਹੁਣੇ 2 ਰੈਫਰੈਂਡਮ ਹੋਏ ਆ ਅਤੇ ਇਹ ਰੈਫਰੈਂਡਮ ਕਿਵੇਂ ਹੋਊਗਾ ਅਸੀਂ ਤਾਂ ਉਹਨਾਂ ਨੂੰ ਦੱਸਿਆ ਕਿ ਭਰਾਵੋ ਜੇ ਤੁਸੀਂ ਰੈਫਰੈਂਡਮ 2020 ਕਰਾਉਣਾ ਹੈ ਤਾਂ ਤੁਸੀਂ ਸਾਡੇ ਨਾਲ ਵੀ ਮਿਲ ਜਾਓ ਕਿ ਅਸੀਂ ਕਹਿੰਦੇ ਹਾਂ ਕਿ 2019 ਦੇ ਵਿੱਚ ਅਗਲੇ ਸਾਲ ਇਲੈਕਸ਼ਨ ਆ ਰਹੇ ਆ ਪਾਰਲੀਮੈਂਟ ਦੇ ਅਤੇ ਸਾਡੀ ਪਾਰਟੀ ਅਕਾਲੀ ਦਲ ਅੰਮ੍ਰਿਤਸਰ ਹਮੇਸ਼ਾ ਖਾਲਿਸਤਾਨ ਦੇ ਮੁੱਦੇ 'ਤੇ ਲੜਦਾ ਇਲੈਕਸ਼ਨ ਅਤੇ ਜੇ ਤੁਸੀਂ ਸਾਡਾ ਸਾਥ ਦਿਓ ਤਾਂ ਉਹ ਵੋਟਾਂ ਇਹ ਗਿਣੀਆਂ ਜਾਣਗੀਆਂ ਇਹ ਵੋਟਾਂ ਗਿਣੋਗੇ ਕਿਵੇਂ ਇਹ ਸਾਨੂੰ ਸਮਝਾਉਂਦੇ ਨਹੀਂ ਹੈ ਜਿੰਨਾ ਚਿਰ ਸਮਝਾਉਂਦੇ ਨਹੀਂ ਅਸੀਂ ਉਹਦੇ ਬਾਰੇ ਕੀ ਕਹਿ ਸਕਦੇ ਹਾਂ ਕਿ 12 ਤਰੀਕ ਨੂੰ ਉਹਨਾਂ ਨੇ ਲੰਡਨ ਦੇ ਵਿੱਚ ਕੋਈ ਡਿਕਲੇਰੇਸ਼ਨ ਕਰਨੀ ਹੈ ਜਿੱਦਾਂ ਨੇ ਜਾਣਾ ਹੈ ਉਹ ਜਾਣ ਅਸੀਂ ਰੋਕਦੇ ਨਹੀਂ ਸਵਾਲ ਇਹ ਕੋਈ ਪੁੱਛਾਂਗੇ ਰੈਫਰੈਂਡਮ 2020 ਲੰਡਨ ਐਲਾਨਨਾਮੇ ਨੂੰ ਰੋਕਣ ਲਈ ਭਾਰਤ ਸਰਕਾਰ ਦੀ ਡਿਪਲੋਮੈਸੀ ਕਿੱਥੇ ਖੜੀ ਹੈ ਅਸੀਂ ਸਵਾਲ ਤੇ ਬਹਿਸ ਕਰਾਂਗੇ ਖਾਸ ਪੈਨਲ ਸਾਡਾ ਮੌਜੂਦ ਹੈਗਾ ਤੁਹਾਡਾ ਤਾਰਫ ਕਰਾ ਰਹੇ ਹਾਂ ਵਿਕਰਮਜੀਤ ਸਿੰਘ ਸੀਨੀਅਰ ਪੱਤਰਕਾਰ ਨੇ ਵਿਕਰਮਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ ਗੁਰਤੇਜ ਸਿੰਘ IAS ਸਿੱਖ ਸਕੋਲਰ ਦੇ ਤੌਰ 'ਤੇ ਸਾਡਾ ਮੌਜੂਦ ਰਹਿਣਗੇ ਗੁਰਤੇਜ ਸਿੰਘ ਤੁਹਾਡਾ ਬਹੁਤ ਸਵਾਗਤ ਹੈ ਮਾਲਵਿੰਦ ਸਿੰਘ ਕਾਂਗ ਭਾਰਤੀ ਜਨਤਾ ਪਾਰਟੀ ਤੋਂ ਹੈ ਐਚ ਐਸ ਕਿੰਗਰਾ ਕਾਂਗਰਸ ਤੋਂ ਨੇ ਸੁਰਿੰਦਰ ਸਿੰਘ ਗਿੱਲ ਸ਼੍ਰੋਮਣੀ ਅਕਾਲੀ ਦਲ ਤੋਂ ਹੈ ਸਾਰੇ ਮਾਨਾਂ ਦਾ ਬਹੁਤ ਸਵਾਗਤ ਕਰਦੇ ਹਾਂ ਕਰਨੈਲ ਸਿੰਘ ਪੀਰ ਮੁਹੰਮਦ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਉਹਨਾਂ ਦਾ ਅਸੀਂ ਇੰਤਜ਼ਾਰ ਕਰ ਰਹੇ ਹਾਂ ਜੇ ਆ ਗਏ ਤਾਂ ਉਹਨਾਂ ਦਾ ਸਵਾਗਤ ਵੀ ਕਰਾਂਗੇ ਸਭ ਤੋਂ ਪਹਿਲਾਂ ਸਵਾਲ ਭਾਰਤੀ ਜਨਤਾ ਪਾਰਟੀ ਤੋਂ ਕਰਨਾ ਚਾਹੂੰਗਾ ਮਾਲਵਿੰਦ ਸਿੰਘ ਕਾਂਗ ਤੁਸੀਂ ਵਾਰ ਵਾਰ ਮੰਗ ਕਰ ਰਹੇ ਹੋ ਯੂਕੇ ਤੋਂ ਯੂਕੇ ਮੰਨਦਾ ਨਹੀਂ ਪਿਆ ਨਹੀਂ ਨਹੀਂ ਇਸ ਤਰ੍ਹਾਂ ਦੀ ਜੇ ਰੈਫਰੈਂਡਮ 2020 ਨੂੰ ਗੱਲ ਕਰ ਰਹੇ ਹੋ ਤੁਸੀਂ ਤਾਂ ਭਾਰਤ ਸਰਕਾਰ ਦੇ ਨੋਟਿਸ ਜਦੋਂ ਵੀ ਆਇਆ ਵੀ ਕੋਈ ਸਮਾਗਮ ਉੱਥੇ ਉਲੀਕਿਆ ਜਾ ਰਿਹਾ ਹੈ ਔਰ ਜਿਹਦੇ 'ਚ ਭਾਰਤ ਵਿਰੋਧੀ ਕੋਈ ਕਾਰਵਾਈ ਹੋਣ ਦਾ ਅੰਦੇਸ਼ਾ ਹੈ ਤਾਂ ਭਾਰਤ ਸਰਕਾਰ ਨੇ ਇਮੀਡੀਏਟਲੀ ਯੂਕੇ ਸਰਕਾਰ ਨੂੰ ਲਿਖਿਆ ਵੀ ਇਹੋ ਜਿਹਾ ਭਾਰਤ ਨੂੰ ਤੁਹਾਡੀ ਸੁਣਵਾਈ ਹੋ ਰਹੀ ਕਿ ਨਹੀਂ ਹੋ ਰਹੀ ਸਵਾਲ ਮੇਰਾ ਸਿੱਧਾ ਕਿਉਂ ਨਹੀਂ ਹੋਊਗੀ ਕਿਉਂ ਨਹੀਂ ਹੋਊਗੀ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਭਾਰਤ ਨੂੰ ਤੋੜਨ ਦੀ ਸਾਜ਼ਿਸ਼ ਕਿਸੇ ਵੀ ਮੁਲਕ 'ਚ ਅਗਰ ਹੁੰਦੀ ਹੈ ਤਾਂ ਭਾਰਤ ਸਰਕਾਰ
ਉਹਨੂੰ ਲੈ ਕੇ ਇਮੀਡੀਏਟਲੀ ਉਸ ਮੁਲਕ ਨਾਲ ਜਿਹੜਾ ਹੈਗਾ ਆਪਣਾ ਵਾਸਤਾ ਕਹਿਣ ਕਰ ਰਿਪੋਰਟਸ ਸਾਰੀਆਂ ਇਹੀ ਕਹਿ ਰਹੀਆਂ ਕਿ ਤੁਹਾਡੀ ਮੰਗ ਖਾਰਜ ਕਰ ਦਿੱਤੀ ਕਿ ਨਹੀਂ ਨਹੀਂ ਅਖਬਾਰਾਂ ਦੀਆਂ ਖਬਰਾਂ ਤੇ ਦੇਖੋ ਕੇਪੀਜੀ ਆਪਾਂ ਨੂੰ ਜਾਣਾ ਨਹੀਂ ਚਾਹੀਦਾ ਸਰਕਾਰਾਂ ਦੀਆਂ ਬਹੁਤ ਸਾਰੀਆਂ ਪ੍ਰਾਈਵੇਸੀਆਂ ਹੁੰਦੀਆਂ ਬਹੁਤ ਅਲੱਗ ਬਿਲੇਟਰਲ ਪਾਲਿਸੀਜ਼ ਹੁੰਦੀਆਂ ਔਰ ਉਹਨਾਂ ਦੇ ਰਿਸ਼ਤੇ ਹੁੰਦੇ ਆ ਸਾਰੀਆਂ ਗੱਲਾਂ ਹਜੇ ਤੇ ਸਰਕਾਰ ਦਾ ਵੀ ਤੁਹਾਡੇ ਮੁਤਾਬਕ ਲੰਡਨ ਐਲਾਨਨਾਮਾ ਨਹੀਂ ਹੋਊਗਾ ਤੁਸੀਂ ਦਾਅਵਾ ਕਰ ਰਹੇ ਹੋ ਨਹੀਂ ਨਹੀਂ ਮੈਂ ਲੰਡਨ ਅਸੀਂ ਤਾਂ ਕਹਿੰਦੇ ਪੰਜਾਬ 'ਚ ਰੈਫਰੈਂਡਮ 2022 ਨੂੰ ਲੈ ਕੇ ਕੋਈ ਕਿਸੇ ਤਰ੍ਹਾਂ ਦੀ ਕੋਈ ਗੱਲ ਵੀ ਨਹੀਂ ਹੈਗੀ ਨਾ ਕੋਈ ਹਮਦਰਦੀ ਆ ਨਾ ਸਿਮਪਥੀ ਆ ਨਾ ਕੋਈ ਚਰਚਾ ਹੈ ਭਾਰਤੀ ਜਨਤਾ ਪਾਰਟੀ ਜਾਂ ਕੇਂਦਰ ਦੀ ਸਰਕਾਰ ਇਹ ਦਾਅਵਾ ਕਰ ਸਕਦੀ ਹੈ ਕਿ ਲੰਡਨ ਐਲਾਨਨਾਮਾ ਨਹੀਂ ਹੋਵੇਗਾ ਤੁਸੀਂ ਗੱਲ ਕਹਿ ਰਹੇ ਹੋ ਨਾ ਯੂਕੇ ਸਾਡੀ ਗੱਲ ਮੰਨੇਗਾ ਭਾਰਤ ਦੀ ਸਰਕਾਰ ਇਹ ਦਾਅਵਾ ਕਰ ਸਕਦੀ ਭਾਰਤ ਨੂੰ ਤੋੜਨ ਦੀ ਸਾਜ਼ਿਸ਼ ਅਗਰ ਕਿਸੇ ਵੀ ਮੁਲਕ 'ਚ ਰਚੀ ਜਾਂਦੀ ਆ ਤੇ ਉਸ ਮੁਲਕ ਦੇ ਪ੍ਰਤੀ ਇਮੀਡੀਏਟਲੀ ਜਿਹੜਾ ਹੈਗਾ ਨੋਟਿਸ ਲਿਆ ਜਾਊਗਾ ਠੀਕ ਹੈ ਸਤਿੰਦਰ ਸਿੰਘ ਗਿੱਲ ਤੁਸੀਂ ਆਪਣੇ ਲੀਡਰ ਨੂੰ ਸੁਣ ਲਿਆ ਹੋਗਾ ਪ੍ਰੈਸ ਪ੍ਰੇਮ ਸਿੰਘ ਚੰਦੂਮਾਜਰਾ ਬੋਲ ਰਹੇ ਸੀਗੇ ਉਹ ਕਹਿ ਰਹੇ ਆ ਹੁਣ ਕਿਹੜੀ ਰੈਲੀ ਹੈ ਕੀ ਰੈਲੀ ਹੈ ਰੈਲੀ ਦਾ ਮਕਸਦ ਕੀ ਹੈ ਜਦੋਂ ਕੁਝ ਹੋਊਗਾ ਉਦੋਂ ਦੇਖਾਂਗੇ ਇਹ ਚੰਦੂਮਾਜਰਾ ਸਾਹਿਬ ਦਾ ਬਿਆਨ ਹੈ ਜਾਂ ਅਕਾਲੀ ਦਲ ਦਾ ਬਿਆਨ ਹੈ ਨਹੀਂ ਐਕਚੁਲੀ ਕੇ ਪੀ ਜੀ ਗੱਲ ਤੁਸੀਂ ਨਾ ਰੈਫਰੈਂਡਮ 2020 ਹੈ ਨਾ ਜਿਹੜਾ ਤੁਸੀਂ ਇਹਨੂੰ ਖਾਲਿਸਤਾਨ ਦਾ ਲੈ ਕੇ ਜਾਂ ਉਹ ਚੀਜ਼ ਨਾ ਦੇਖੋ ਬੇਸਿਕਲੀ ਕੀ ਆ ਵੀ ਸਿੰਸ ਇੰਡੀਪੈਂਡੈਂਸ ਆਜ਼ਾਦੀ ਤੋਂ ਬਾਅਦ ਹੁੰਦਾ ਰਿਹਾ ਇੱਥੇ ਇਹ ਉਹਦਾ ਹੀ ਆਊਟਬਰਸਟ ਹੈ ਤੁਸੀਂ ਪ੍ਰੈਸ ਪ੍ਰੇਮ ਸਿੰਘ ਚੰਦੂਮਾਜਰਾ ਦੇ ਬਿਆਨ ਤੇ ਟਿੱਪਣੀ ਕਰਨੀ ਜਾਂ ਨਹੀਂ ਕਰਨੀ ਜਾਂ ਉਹਨਾਂ ਦੇ ਬਿਆਨ ਤੋਂ ਅਕਾਲੀ ਦਲ ਆਪਣੇ ਆਪ ਨੂੰ ਵਾਕ ਕਰ ਰਿਹਾ ਉਹਨਾਂ ਦਾ ਬਿਆਨ ਉਹਨਾਂ ਨੇ ਦੇਤਾ ਮੈਂ ਇੱਥੇ ਪਾਰਟੀ ਦੇ ਨੁਮਾਇੰਦੇ ਵੱਲੋਂ ਪਾਰਟੀ ਦਾ ਬਿਆਨ ਨੀਗਾ ਬਾਰਾਂ ਅਗਸਤ ਨੂੰ ਜਿਹੜੀ ਇਹਨਾਂ ਨੇ ਰੱਖੀ ਹੈ ਰੈਲੀ ਇਹ ਉਹ ਰੈਲੀ ਨਹੀਂ ਉਹਨਾਂ ਨੂੰ ਪਤਾ ਅਕਾਲੀ ਦਲ ਸਿੱਖ ਸੈਂਟੀਮੈਂਟਸ ਨੂੰ ਸਪੋਰਟ ਕਰਦਾ ਕਾਂਗਰਸ ਕਹਿ ਰਹੀ ਹੈ ਤੁਸੀਂ ਅੱਗ ਵਿੱਚ ਘਿਓ ਦਾ ਘਿਓ ਪਾਉਂਦਾ ਕੰਮ ਕਰ ਰਹੇ ਹੋ ਕਾਂਗਰਸ ਨੇ ਤੇ ਸਿੱਖਾਂ ਨੂੰ ਵਿਸ਼ਾ ਮਾਰਿਆ ਹੀ ਹੈ ਜਵਾਹਰ ਲਾਲ ਨਹਿਰੂ ਜਿਹੜਾ ਆਖਦਾ ਰਿਹਾ ਵੀ ਸਿੱਖਾਂ ਨੂੰ ਪੂਰੇ ਮਿਲਣਗੇ ਹੱਕ ਸਰਕਾਰ ਜਦੋਂ 1947 'ਚ ਬਣਦੀ ਹੈ ਪਹਿਲੇ ਜਿਹੜੇ ਸਿੱਖ ਲੀਡਰ ਹੋਏ ਅਰੈਸਟ ਮਾਸਟਰ ਤਾਰਾ ਸਿੰਘ ਖੜਕ ਸਿੰਘ ਇਹਨਾਂ ਨੇ ਅਰੈਸਟ ਕੀਤੇ ਸੀ ਇਹ ਸਿੱਖ ਸੈਂਟੀਮੈਂਟਸ ਦੀ ਗੇਮ ਹੈ ਇਹਨੂੰ ਤੁਸੀਂ ਸਪੋਰਟ ਕਰਦੇ ਹੋ ਯਾਨੀ ਕਿ ਭਾਰਤੀ ਜਨਤਾ ਪਾਰਟੀ ਤੋਂ ਤੁਹਾਡੀ ਰਾਏ ਵੱਖਰੀ ਹੈ ਭਾਰਤੀ ਫਿਰ ਤੁਸੀਂ ਹੁਣ ਉਹ ਇਹ ਬੈਠੇ ਇਹਨਾਂ ਨੂੰ ਪੁੱਛ ਲਓ ਠੀਕ ਹੈ ਹਰਦੀਪ ਸਿੰਘ ਇੰਗਰਾ ਤੁਹਾਡੇ ਲੀਡਰ ਇਹ ਗੱਲ ਕਹਿ ਰਿਹਾ ਕਿ ਅਕਾਲੀ ਦਲ ਅੱਗ ਵਿੱਚ ਘਿਓ ਪਾਉਣ ਦਾ ਕੰਮ ਕਰ ਰਿਹਾ ਦੇਖੋ ਅਕਾਲੀ ਦਲ ਲੀਡਰ ਨਾਲ ਖੜੇ ਹੋ ਕਿ ਇਹਨਾਂ ਵਾਂਗੂ ਵੱਖਰਾ ਬਿਆਨ ਬਿਲਕੁਲ ਲੀਡਰ ਨਾਲ ਖੜੇ ਆ ਅਕਾਲੀ ਦਲ ਜਦੋਂ ਜਦੋਂ ਅਪੋਜੀਸ਼ਨ 'ਚ ਆਇਆ ਹੈ ਅਕਾਲੀ ਦਲ ਇੱਕ ਪੋਲੀਟੀਕਲ ਪਾਰਟੀ ਹੈ ਦੇਖੋ ਮੇਰੀ ਗੱਲ ਇਹ ਅਸਲੀ ਗੱਲ ਇਹ ਹੈ ਕਿ ਇਹਨਾਂ ਦੇ ਸਿੱਖਾਂ ਦੇ ਮੁੱਦਿਆਂ ਨਾਲ ਕੋਈ ਸੰਬੰਧ ਨਹੀਂ ਹੈਗਾ ਇਹ ਇੱਕ ਪੋਲੀਟੀਕਲ ਪਾਰਟੀ ਹੈ ਔਰ ਇਹ ਪੋਲੀਟਿਕਸ ਕਰਨ ਆਏ ਆ ਇੱਥੇ ਇਹ 10 ਸਾਲ ਕੋਈ ਯਾਦ ਨਹੀਂ ਆਇਆ ਚੰਡੀਗੜ੍ਹ ਯਾਦ ਨਹੀਂ ਆਇਆ ਪੰਜਾਬੀ ਬੋਲਦੇ ਇਲਾਕੇ ਨਹੀਂ ਯਾਦ ਆਏ ਪਾਣੀ ਨਹੀਂ ਯਾਦ ਆਇਆ ਸਿੱਖਾਂ ਦੇ ਮਸਲੇ ਨਹੀਂ ਯਾਦ ਆਏ 84 ਦੇ ਦੰਗੇ ਨਹੀਂ ਯਾਦ ਆਏ ਇਹ ਉਦੋਂ ਕਰ ਲੈਂਦੇ ਸਾਰਾ ਕੁਝ ਨਾ ਕਰਨਾ ਸੀ ਇਹਨਾਂ ਨੇ ਜਦੋਂ ਉੱਤੇ ਵੀ ਇਹਨਾਂ ਦੀ ਸਰਕਾਰ ਸੀ ਥੱਲੇ ਵੀ ਇਹਨਾਂ ਦੀ ਸਰਕਾਰ ਸੀ ਇਹ ਸਿਆਸਤ ਕਰਦੇ ਨੇ ਜਦੋਂ ਆਪੋਜੀਸ਼ਨ 'ਚ ਬੈਠਦੇ ਨੇ ਇਹ ਸਿੱਖੀ ਦਾ ਦਾਅਵਾ ਕਰ ਲੈਂਦੇ ਨੇ ਇਹਨਾਂ ਨੇ ਇੰਸਟੀਟਿਊਸ਼ਨ ਡੀਜਨਰੇਟ ਕਰਤੇ ਸਿੱਖੀ ਦੇ ਅਕਾਲ ਤਖਤ ਇੰਸਟੀਟਿਊਸ਼ਨ ਇਹਨਾਂ ਨੇ ਜਿਹੜਾ ਦੇਖੋ ਉੱਥੇ ਉਹਨੂੰ ਕੋਈ ਹੱਥ ਨਹੀਂ ਪਾ ਸਕਦਾ ਅੱਜ ਅਸੀਂ ਜਾਨ ਦੇਣ ਨੂੰ ਤਿਆਰ ਹਾਂ ਸਿੱਖ ਅਕਾਲ ਤਖਤ ਦੇ ਹੁਕਮਨਾਮੇ ਦੇ ਉੱਤੇ ਇਹਨਾਂ ਨੇ ਉਹਦਾ ਵੀ ਕਿਸ ਤਰ੍ਹਾਂ ਦਾ ਉੱਥੇ ਕਰਦੇ ਆ ਇਹ ਕਿੰਨਾ ਇੰਟਰਫੀਰੈਂਸ ਕਰਦੇ ਆ ਇਸ ਕਰਕੇ ਇਹ ਪੋਲੀਟੀਕਲ ਜਮਾਤ ਹੈ ਅਕਾਲੀ ਦਲ ਨੇ ਮੰਨ ਕੇ ਚੱਲੋ ਇੱਕ ਪੋਲੀਟੀਕਲ ਜਮਾਤ ਹੈ ਔਰ ਪੋਲੀਟੀਕਲ ਜਮਾਤ ਪੋਲੀਟਿਕਸ ਕਰ ਸਕਦੀ ਹੈ ਮੈਂ ਸਵਾਲ ਬੜਾ ਸਿੰਪਲ ਕਰ ਰਿਹਾ ਤੁਹਾਨੂੰ ਲੱਗਦਾ ਕਿ ਅਕਾਲੀ ਦਲ ਇਸ ਰੈਫਰੈਂਡਮ 2020 ਨੂੰ ਸਪੋਰਟ ਕਰ ਰਿਹਾ ਦੇਖੋ ਅਕਾਲੀ ਦਲ ਬਲਦੀ ਤੇ ਤੇਲ ਪਾਉਣ ਦੀ ਹਮੇਸ਼ਾ ਕੋਸ਼ਿਸ਼ ਕਰਦਾ ਰਿਹਾ ਸਿੱਖ ਸੈਂਟੀਮੈਂਟ ਨੂੰ ਉਭਾਰਨ ਵਾਸਤੇ ਐਜ਼ ਅ ਪੋਲੀਟੀਕਲ ਪਾਰਟੀ ਅੱਜ ਸਿੱਖ ਸੈਂਟੀਮੈਂਟ ਉਭਾਰ ਸਕਦੇ ਆ ਅਕਾਲੀ ਦਲ ਦੇ ਨੁਮਾਇੰਦੇ ਨੇ ਜਵਾਬ ਦੇ ਸਕਦੇ ਹੋ ਸਿੱਖਾਂ ਨੂੰ ਅੱਜ ਤੱਕ ਆ ਰਿਹਾ ਇਹਨੂੰ ਲੱਗਿਆ ਸਿੱਧਾ ਜਵਾਬ ਦੇ ਸਕਦੇ ਹੋ ਅਕਾਲੀ ਦਲ ਸਪੋਰਟ ਕਰ ਰਿਹਾ ਰੈਫਰੈਂਡਮ 2020 ਨੂੰ ਤੁਸੀਂ ਇਲਜ਼ਾਮ ਲਗਾ ਰਹੇ ਹੋ ਜਿਵੇਂ ਇੱਥੇ ਬੈਠੇ ਦੇਖੋ ਚੰਦੂਮਾਜਰਾ ਸਾਹਿਬ ਤਾਂ ਕਿਸੇ ਗੱਲ ਤੋਂ ਇਗਨੋਰੈਂਟ ਬਣ ਜਾਂਦੇ ਆ ਉਹ ਕਹਿੰਦਾ ਉਹ ਖੁਦਾ ਨੂੰ ਲੈ ਕੇ ਚੋਰ ਜੱਟ ਮਚਲਾ ਹੋ ਗਿਆ ਉਹ ਗੱਲ ਹੈ ਉਹ ਜਦੋਂ ਮਰਜ਼ੀ ਜੋ ਮਰਜ਼ੀ ਕਹਿ ਦਿੰਦੇ ਆ ਆਹ ਜਿਹੜੇ ਉਹਨਾਂ ਦੇ ਅਕਾਲੀ ਦਲ ਦੇ ਇੱਥੇ ਨੁਮਾਇੰਦੇ ਬੈਠੇ ਆ ਇੱਥੋਂ ਤਾਂ ਮੈਨੂੰ ਲੱਗਦਾ ਹੈ ਕਿ ਲੱਸੀ ਨੂੰ ਵੀ ਜਾਂਦੇ ਅਤੇ ਕੁੱਜਾ ਵੀ ਲਗਾਉਂਦੇ ਆ ਅੱਛਾ ਦੋਵੇਂ ਗੱਲਾਂ ਇੱਕ ਛੋਟਾ ਬ੍ਰੇਕ ਲੈਣੇ ਬ੍ਰੇਕ ਤੋਂ ਵਾਪਸ ਆਵਾਂਗੇ ਭਾਰਤ ਵਿੱਚ ਵਿਚਾਰਾਂ ਦੀ ਆਜ਼ਾਦੀ ਦੀ ਕਿੰਨੀ ਖੁੱਲ੍ਹ ਹੈਗੀ ਹੈ ਯੂਕੇ ਵਿੱਚ ਵਿਚਾਰਾਂ ਦੀ ਆਜ਼ਾਦੀ ਦਾ ਕਿੰਨਾ ਅਸਰ ਹੈਗਾ ਬਹੁਤ ਸਾਰੇ ਸਵਾਲ ਹੈਗੇ ਆ ਰੈਫਰੈਂਡਮ ਦੇ ਰੋਲੇ 'ਚੋਂ ਨਿਕਲ ਗਿਆ ਕੀ ਸਵਾਲ ਇਹੀ ਹੈ ਬ੍ਰੇਕ ਤੋਂ ਬਾਅਦ ਵਾਪਸ ਆ ਕੇ ਇਹੀ ਪੁੱਛਣਾ ਰੈਫਰੈਂਡਮ 2020 ਲੰਡਨ ਐਲਾਨਨਾਮੇ ਨੂੰ ਰੋਕਣ ਲਈ ਭਾਰਤ ਸਰਕਾਰ ਦੀ ਡਿਪਲੋਮੈਸੀ ਕਿੱਥੇ ਖੜੀ ਵਿਕਰਮਜੀਤ ਇਹ ਸਵਾਲ ਦਾ ਕੋਈ ਜਵਾਬ ਹੈਗਾ ਤੁਹਾਡੇ ਕੋਲ ਭਾਰਤ ਸਰਕਾਰ ਦੀ ਡਿਪਲੋਮੈਸੀ ਕਿੱਥੇ ਖੜੀ ਦੇਖੋ ਇੰਗਲੈਂਡ ਨੇ ਭਾਰਤ ਸਰਕਾਰ ਨੇ 3 ਡੀਮਾਰਸ਼ਿਜ਼ ਔਰ ਨੋਟ ਵਰਬੈਲਸ ਯੂਕੇ ਗਵਰਨਮੈਂਟ ਨੂੰ ਇਸ਼ੂ ਕੀਤੇ ਨੇ ਇੰਡੀਅਨ ਹਾਈ ਕਮਿਸ਼ਨਰ ਯੂਕੇ ਨੇ ਵੀ ਡਾਇਰੈਕਟਲੀ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਜਿਹੜੀ ਟ੍ਰਫੈਲਗਰ ਸਕੁਆਇਰ ਵਿੱਚ ਰੈਲੀ ਹੋਣੀ ਨੂੰ ਬੈਨ ਕਰੋ
लेकिन ब्रिटिश गवर्नमेंट की अपनी पॉलिसी ऑन फ्रीडम ऑफ स्पीच एंड राइट टू डेमोन्स्ट्रेशन उन्होंने रिजेक्ट करता है। अगर जिस तरह मिस्टर कंग कह रहे हैं कि उन्होंने इंटरनल डिप्लोमेसी चल रही है और ऐसी कोई गल नहीं है तो फिर इंडिया भारत के गवर्नमेंट ने तीन क्यों ऐसे स्ट्रोंग स्टेटमेंट्स इशू की ने डायरेक्टली टू द ब्रिटिश फॉरन ऑफिस। यदा यह मतलब है कि यूके गवर्नमेंट इस गलते नहीं सहमत इंडियन गवर्नमेंट के व्यू से। गवर्नमेंट ऑफ इंडिया ने इस हद तक भी कहा कि साड़ी बायलैटरल टाइज अफेक्ट होनगियाँ, लेकिन उन्होंने भी उन्होंने इग्नोर किया। और मैं पॉइंट आउट कराँगा कि तुसी एक बड़ा स्ट्रेट फॉरवर्ड कंट्रास्ट है विद मार्गरेट थैचर इन 1984-85। ठीक है, जब दैन गवर्नमेंट ऑफ इंडिया ने मार्गरेट थैचर नू अपील किया कि तुसी खालिस्तान की डेमोन्स्ट्रेशन ना अलाउ करो, मार्गरेट थैचर ने बड़ी सीरियसली उन्होंने टेक किया टू दिस एक्सटेंट के दे ईवन थॉट ऑफ अमेंडिंग द ब्रिटिश पब्लिक ऑर्डर एक्ट 1936 के डेमोन्स्ट्रेशन ना अलाउ हुए। लेकिन आज हालात बदल गए ने, कंपैरिजन लिमिटेड ही हो सकता है, हालात बदल गए। पहली गल है यूके इंडिया के रिलेशन्स इन्ने वॉर्म नहीं है, कोई इन्नी वड्डी ट्रेड या डिफेंस डील्स की कंपल्शन नहीं है टू द ब्रिटिश गवर्नमेंट टू लिसन टू इंडिया। फिर मेरा सवाल एक होर है विक्रम जी नाल, तुसीं कह रहे यूके इंडिया का रिलेशन इन्ना ज़्यादा महत्वपूर्ण नहीं रखता गा। हाँ, मेरा सवाल यह है कि यूएस अगे यह सवाल पूछ सकता इंडिया जो यूके अगे तो कनेडा अगे पूछता? हाँ, दैट्स अ वेरी गुड क्वेश्चन। यूएस के सामने इंडिया विल बी much more difficult to speak like that. Canada naal te almost Modi sarkar ne relations cut off karte over the Khalistan issue. UK naal bhi direct threat ditti hai ke sade bilateral ties affect honge, lekin UK sarkar ne nahi mani, kyunki ek western liberal democracy da ek asool hai, ek principle hai ke if you do not demonstrate with violence you are allowed to express your views. Uthe referendums hi hunde ne, Scotland vich vi referendum hoya, कैनेडा विच भी, क्यूबेक विच भी हुआ। सो उन्होंने जिहड़ी फिलोसफी ऑफ स्पीच इज़ डिफरेंट। देखो, ब्रिटेन ने अपना जिहड़ा सेडिशन का लॉ सी 2009 विच रिपील करता, दे डोंट हैव अ सेडिशन लॉ नाउ। सो उन्होंने और साडे विच बहुत फर्क है। इहदा मतलब तुसीं कह रहे हो इंडियन गवर्नमेंट नूं जो सूट करता उस हिसाब नाल गल करदे? नहीं, आई थिंक इंडियन गवर्नमेंट नूं एक ये कंसर्न हैगा कि ये जिहड़ी खालिस्तान 2020 रेफरेंडम ग्लोबली करन दी कोशिश कर रहे ने, इहते इंडिया दा जियोपोलिटिकल इंपैक्ट होएगा, क्योंकि ये फॉरन वैसटर्न गवर्नमेंट्स की फॉरन पॉलिसी नू जिहड़ा सिख डायस्पोरा है वो अफेक्ट करता है। इट अफेक्ट्स रिलेशन बिटवीन इंडिया एंड वैसटर्न नेशन। ठीक है, मैं मतलब गुरते सिंह जी, एक सिख बुद्धिजीवी होने के नाते तो तुम जरनैल सिंह होरां दे बड़े नेड़े रहे हो, गुरते सिंह जी, ये मंग है जिहड़ी ਤੁਸੀਂ ਇਸ ਦੀ ਹਮਾਇਤ ਕਰਦੇ ਹੋ? ਗੱਲ ਇਹ ਹੈਗੀ ਕਿ ਇੱਥੇ ਅੱਜ ਕੱਲ੍ਹ ਹਿੰਦੂ ਰਾਸ਼ਟਰ ਦਾ ਬੜਾ ਰੌਲਾ ਚੱਲ ਰਿਹਾ। ਜੇ ਹਿੰਦੂ ਰਾਸ਼ਟਰ ਬਣਨਾ ਹੈਗਾ, ਬਣ ਗਿਆ ਤਕਰੀਬਨ ਜਾਂ ਕਿਸੇ ਨੇੜੇ ਆ ਗਿਆ ਸਟੇਜ ਦੇ, ਅਤੇ ਫਿਰ ਜਿਹੜੇ ਦੂਸਰੀ ਨੈਸ਼ਨੈਲਿਟੀਜ਼ ਹਨ ਉਹਨਾਂ ਦਾ ਕੀ ਬਣੇਗਾ? ਉਹ ਵੀ ਤਾਂ ਬਹੁਤ ਸਾਰੇ ਨੇਸ਼ਨਸ ਹਿੰਦੁਸਤਾਨ ਦੇ ਵਿੱਚ ਘੱਟੋ ਘੱਟ 65 ਨੇਸ਼ਨਸ ਹਨਗੇ, ਉਹਨਾਂ ਦੇ ਬਾਰੇ ਵੀ ਇਹਨਾਂ ਨੇ ਸੋਚਿਆ ਹੋਣਾ? ਸ਼ਾਇਦ ਇਹ ਸੋਚਦੇ ਹੋਣਗੇ ਕਿ ਇਹਨਾਂ ਨੂੰ ਵੀ ਮਰਾਠਾ ਇੱਕ ਨੇਸ਼ਨ ਹੈ, ਰਾਜਪੂਤ ਇੱਕ ਨੇਸ਼ਨ ਹੈ, ਕਿਸ ਤਰ੍ਹਾਂ ਤੁਸੀਂ ਰਾਜਪੂਤ ਭਾਰਤ ਹੋਵੇ, ਮਰਾਠਾ ਭਾਰਤ ਹੋਵੇ, ਉਹ ਆਪੇ ਹੀ ਕਰ ਲੈਣਗੇ। ਹੁਣ ਦੇਖੋ, ਹਰ ਇੱਕ ਆਦਮੀ ਜੇ ਤੁਸੀਂ ਬਣਾਉਣਾ ਹੈ ਹਿੰਦੂ ਰਾਸ਼ਟਰ ਤਾਂ ਦੂਸਰਿਆਂ ਨੂੰ ਵੀ ਅਧਿਕਾਰ ਹੈ, ਇਹ ਤਾਂ ਇੱਥੋਂ ਤੱਕ ਗੱਲ ਸੀਮਤ ਹੈ। ਦੂਸਰੀ ਗੱਲ ਜਿਹੜੀ ਮੈਂ ਕਹਿ ਰਿਹਾ ਕਿ ਇਹ ਖਾਲਿਸਤਾਨ ਦਾ ਰੌਲਾ ਹੈ, ਇਹ 2020 ਦਾ ਰੌਲਾ ਹੈ, ਇਹ ਸਾਰੇ ਦੇ ਸਾਰੇ ਰੌਲੇ ਸਰਕਾਰ ਦੇ ਪਾਏ ਹੋਏ ਨੇ। ਹੁਣ ਸਰਕਾਰ ਇੰਨੀ ਵੱਡੀ ਤੂਲ ਕਿਉਂ ਦੇ ਰਹੀ ਹੈ ਇਸ ਨੂੰ? ਤੁਸੀਂ ਹੁਣੇ ਹੀ ਗੱਲ ਹੋਈ ਸੀਗੀ ਕਿ ਇਹ ਬਰਤਾਨੀਆ ਸਰਕਾਰ ਮੰਨ ਨਹੀਂ ਰਹੀ, ਬਰਤਾਨੀਆ ਦੀ ਸਰਕਾਰ ਕੋਲੋਂ ਮੰਨਣ ਦੀ ਤਵੱਕੋ ਕਿਉਂ ਕਰਦੇ ਨੇ ਇਹ? ਉੱਥੇ ਸਾਰਿਆਂ ਨੂੰ ਬੋਲਣ ਦੀ ਆਜ਼ਾਦੀ ਹੈ, ਇੱਕ ਹਾਈਟ ਪਾਰਕ ਦੇ ਵਿੱਚ ਆ ਕੇ ਕੋਈ ਬੰਦਾ ਖੜਾ ਹੋ ਕੇ ਜੋ ਮਰਜ਼ੀ ਕਹਿ ਸਕਦਾ। ਕੋਈ ਆਪਣਾ ਦੇਸੀ ਬੰਦਾ ਗਿਆ, ਉਹ ਇੱਕ ਕਹਾਣੀ ਹੈ ਕਿ ਜੀ ਉਹ ਇੱਕ ਪਾਸੇ ਖੜਾ ਕਹਿ ਰਿਹਾ ਸੀਗਾ ਕਿ ਦੇਖੋ ਕੁਈਨ ਕਿਸੇ ਕੰਮ ਦੀ ਨਹੀਂ, ਇਹਨੂੰ ਹੈਂਗ ਕਰ ਦੇਣਾ ਚਾਹੀਦਾ, ਹੁਣੇ ਇਹਨੂੰ ਫਾਂਸੀ ਲਾ ਦਿਓ। ਦੂਸਰੇ ਪਾਸੇ ਕਹਿ ਰਿਹਾ ਸੀ ਦੇਖੋ ਇਹਦੇ ਨਾਲ ਸਾਡਾ ਵਿਦੇਸ਼ਾਂ ਦੇ ਵਿੱਚ ਬੜੀ ਇਮੇਜ ਬਣਦੀ ਹੈ, ਪੁਰਾਣੀ ਚੱਲੀ ਆ ਰਹੀ ਮੋਨਾਰਕੀ ਹੈ ਜੀ ਉਹ। ਤਾਂ ਜਿਹੜਾ ਦੇਸੀ ਆਦਮੀ ਸੀ ਉਹਨੇ ਦੇਖਿਆ ਪੁਲਿਸ ਵਾਲੇ ਆ ਰਹੇ, ਉਹਨੇ ਕਿਹਾ ਵੀ ਆਹ ਹੁਣ ਜਿਹੜਾ ਕੁਈਨ ਨੂੰ ਹੈਂਗ ਕਰਨ ਵਾਲੇ, ਇਹਨੂੰ ਤਾਂ ਇਹਨਾਂ ਨੇ ਛੱਡਣਾ ਨਹੀਂ, ਹੁਣੇ ਹੀ ਫੜ ਕੇ ਲੈ ਜਾਣਗੇ, ਚੁੱਕ ਕੇ ਲੈ ਜਾਣਗੇ। ਪੁਲਿਸਮੈਨ ਆਇਆ, ਉਹ ਕਹਿੰਦਾ ਵੀ ਪਹਿਲਾਂ ਚੁੱਪ ਕਰੋ, ਜਿਨ੍ਹਾਂ ਨੇ ਕੁਈਨ ਨੂੰ ਹੈਂਗ ਕਰਨਾ ਉਹ ਸੜਕ ਦੇ ਇੱਧਰਲੇ ਪਾਸੇ, ਜਿਨ੍ਹਾਂ ਨੇ ਕੁਈਨ ਨੂੰ ਬਚਾਉਣਾ ਉਹ ਇੱਧਰਲੇ ਪਾਸੇ।
ਤੇ ਆ ਸੜਕ ਖਾਲੀ ਰਹਿਣ ਦੇ ਲੋਕਾਂ ਦੀ ਆਵਾਜਾਈ ਵਾਸਤੇ ਉਹਨਾਂ ਦੀ ਕੰਸਰਨਸ ਹੋਰ ਹੈਗੀਆਂ ਔਰ ਉਹਨਾਂ ਦੀਆਂ ਕੰਸਰਨ ਜਾਇਜ਼ ਹਨਗੀਆਂ ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਇਹੀ ਕੁਛ ਹੋਣਾ ਚਾਹੀਦਾ ਜੇ ਇੱਥੇ ਬੈਠ ਕੇ ਇਹ ਹੁਣ ਗੱਲਾਂ ਕਰਦੇ ਨੇ ਆਪਣੇ ਖਾਲਿਸਤਾਨ ਦੀਆਂ ਤਾਂ ਇਹਨਾਂ ਨੂੰ ਕਰਨ ਦਾ ਅਧਿਕਾਰ ਹੈ ਲੇਕਿਨ ਇਹ ਕਿੱਥੋਂ ਤੱਕ ਸਾਰਥਕ ਹਨਗੀਆਂ 2020 ਦੀ ਗੱਲ ਕਰਦੇ ਨੇ ਹਿੰਦੁਸਤਾਨ ਦੇ ਵਿੱਚ ਦੇਸ਼ ਦੇ ਵਿੱਚ ਭਾਰਤ ਦੇ ਵਿੱਚ ਨਹੀਂ ਹੈਗੀ ਤੇ ਉਸ ਦੇ ਲਈ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਕੇਂਦਰ ਸਰਕਾਰ ਦੀ ਜੇ ਫਰੀਡਮ ਆਫ ਸਪੀਚ ਦਾ ਗਲਾ ਕੁੱਟਿਆ ਜਾ ਰਿਹਾ ਤਾਂ ਇਹ ਤਾਂ ਸਭ ਤੋਂ ਇਹਨੂੰ ਤਾਂ ਤੁਸੀਂ ਬੜਾ ਵਧੀਆ ਤਰੀਕੇ ਨਾਲ ਐਕਸਪਲੇਨ ਕਰ ਸਕਦੇ ਹੋ ਹੈਗੀ ਆ ਕਿ ਨਹੀਂ ਹੈਗੀ ਦੇਖੋ ਮੈਂ ਕਰ ਰਿਹਾ ਫਿਰ ਸੁਣ ਲਓ ਮੇਰੀ ਗੱਲ ਮੀਡੀਆ ਦਾ ਗਲਾ ਦੱਬਿਆ ਜਾ ਰਿਹਾ ਮੈਂ ਕਰ ਰਿਹਾ ਦੱਸੋ ਦੇਖੋ ਭਾਰਤ ਦਾ ਇੱਕ ਸੰਵਿਧਾਨ ਹੈ ਸੰਵਿਧਾਨ ਔਰ ਗਣਤੰਤਰ ਕੰਟਰੀ ਹੈ ਔਰ ਭਾਰਤ 'ਚ ਸਾਰੇ ਵਰਗਾਂ ਦਾ ਦੇਸ਼ ਹੈ ਇਹ ਕੋਈ ਇੱਕ ਧਰਮ ਜਾਤ ਦਾ ਦੇਸ਼ ਨਹੀਂ ਹੈ ਇਹ ਸਾਰੇ ਧਰਮਾਂ ਨੂੰ ਸਨਮਾਨ ਕਰਨ ਵਾਲਾ ਔਰ ਸੈਕੂਲਰ ਕੰਟਰੀ ਹੈ ਇਹ ਕਿਸੇ ਇੱਕ ਵਰਗ ਲਈ ਇੱਕ ਧਰਮ ਦਾ ਕੰਟਰੀ ਨਹੀਂ ਹੈ ਔਰ ਸੰਵਿਧਾਨ ਦੇ ਅਨੁਸਾਰ ਕਾਨੂੰਨ ਦੇ ਅਨੁਸਾਰ ਇਹ ਮੁਲਕ ਸੰਵਿਧਾਨ ਦੇ ਅਨੁਸਾਰ ਸਿੱਖਾਂ ਦੀ ਵੱਖਰੀ ਆਈਡੈਂਟੀ ਹੈਗੀ ਹੈ ਕਿਉਂਕਿ ਉਹ ਮੰਗ ਕਰਦੇ ਆਰਟੀਕਲ 25B ਦੇ ਤਹਿਤ ਸਾਨੂੰ ਸਿੱਖ ਮੰਨਿਆ ਨਹੀਂ ਜਾ ਰਿਹਾ ਕਿਉਂ ਨਹੀਂ ਹੈ ਉਹ ਤੇ ਹੈ ਆਲਰੇਡੀ ਹੈ ਉਹ ਤੇ ਸੰਵਿਧਾਨ 'ਚ ਮੈਂਸ਼ਨ ਹੈ ਸਿੱਖਾਂ ਦੇ ਸਿੱਖ ਅਲੱਗ ਧਰਮ ਹੈ ਅਲੱਗ ਜਗ੍ਹਾ ਤੁਸੀਂ ਫਿਰ ਮੁੱਦਾ ਕਿਉਂ ਚੱਕਦੇ ਹੋ ਆਰਟੀਕਲ 25B ਦਾ ਤੁਹਾਡੀ ਪਾਰਟੀ ਦਾ ਕਹਿ ਰਹੀ ਤੁਹਾਡੀ ਭਾਈਵਾਲ ਪਾਰਟੀ ਕਹਿ ਰਹੀ ਹੈ ਸਿੱਖਾਂ ਦੀ ਵੱਖਰੀ ਆਈਡੈਂਟੀ ਹੈ ਅੰਬੇਡਕਰ ਸਾਹਿਬ ਦੁਆਰਾ ਵੀ ਲਿਖਿਆ ਜਵਾਬ ਦੋ ਖੜਾ ਦੇਖੋ ਬਿਲਕੁਲ ਠੀਕ ਹੈ ਗੱਲ ਕੇਪੀ ਜੀ ਸਿੱਖਾਂ ਦੀ ਆਈਡੈਂਟੀ ਦੀ ਜਿਹੜੀ ਅਸੀਂ ਗੱਲ ਕਰਦੇ ਹਾਂ ਆਰਟੀਕਲ 25B ਦੇ ਵਿੱਚ ਉਹ ਕੌਂਸਟੀਟਿਊਸ਼ਨਲੀ ਉਹਨੂੰ ਮੰਨਦੇ ਰਹੇ ਹਾਂ ਵੀ ਮੈਂਸ਼ਨ ਕੀਤਾ ਜਾਏ ਕਿਉਂਕਿ ਆਜ਼ਾਦੀ ਵੇਲੇ ਸਿਰਫ ਸਿੱਖਾਂ ਨੂੰ ਪੁੱਛਿਆ ਗਿਆ ਸੀ ਵੀ ਤੁਸੀਂ ਕਿਹੜੇ ਸਾਈਡ ਰਹਿਣਾ ਚਾਹੁੰਦੇ ਹੋ ਪਾਕਿਸਤਾਨ ਕਿ ਹਿੰਦੁਸਤਾਨ ਵੱਲ ਇਸ ਕਰਕੇ ਉਹਦੀ ਉਦੋਂ ਮੈਂਸ਼ਨ ਨਹੀਂ ਹੋ ਸਕਿਆ ਸੀ ਸਿੱਖਾਂ ਨੂੰ ਇੰਡੀਪੈਂਡੈਂਟ ਸਟੇਟ ਜਦੋਂ ਸਿੱਖ ਹਿੰਦੁਸਤਾਨ 'ਚ ਸ਼ਾਮਿਲ ਹੋਇਆ ਉਦੋਂ ਵੀ ਕਾਂਗਰਸ ਨੇ ਉਦੋਂ ਕਿਹਾ ਗਿਆ ਸੀ ਵੀ ਤੁਹਾਨੂੰ ਇੱਕ ਪੂਰਾ ਇੰਡੀਪੈਂਡੈਂਟ ਮਾਨਤਾ ਦਿੱਤੀ ਜਾਏਗੀ ਸਿੱਖਾਂ ਨੂੰ ਜਿਹੜੀ ਕਿ ਆਜ਼ਾਦੀ ਮਿਲਣ ਤੋਂ ਬਾਅਦ ਸ਼ਾਮਿਲ ਹੋਣ ਤੋਂ ਬਾਅਦ ਮੁੱਕਰ ਗਏ ਮਿਲੀ ਨਹੀਂ ਮਿਲੀ ਨਾ ਹਰਦੀਪ ਕਿੰਗਰਾ ਫਰੀਡਮ ਆਫ ਸਪੀਚ ਹਾਂ ਇੱਕ ਹੋਰ ਮੈਂ ਗੱਲ ਕਰ ਦਵਾਂ ਹਾਂ ਫਟਾਫਟ ਕਿੰਗਰਾ ਸਾਹਿਬ ਨੇ ਬੜੇ ਵਧੀਆ ਸਿਆਸੀ ਕਹਿੰਦਾ ਅਕਾਲੀ ਦਲ ਸਿਆਸੀ ਪਾਰਟੀ ਆ ਅਸੀਂ ਅਕਾਲੀ ਦਲ ਸਿਆਸੀ ਪਾਰਟੀ 'ਚ ਕੋਈ ਸ਼ੱਕ ਨਹੀਂ ਪਰ ਅਕਾਲੀ ਦਲ ਕਾਤਲਾਨਾ ਜਮਾਤ ਨਹੀਂ ਹੈਗੀ ਜਿਹਦੀ ਇਹਨਾਂ ਨੇ ਗੱਲ ਕੀਤੀ ਸੀ ਨਾ ਸਿਆਸੀ ਜਮਾਤ ਅਸੀਂ ਸਿਆਸੀ ਜਮਾਤ ਆ ਪਰ ਅਸੀਂ ਕਾਤਲਾਨਾ ਜਮਾਤ ਨਹੀਂ ਹੈ ਹਰਦੀਪ ਕਿੰਗਰਾ ਜਵਾਬ ਦਿਓ ਇਸ ਗੱਲ ਦਾ ਇੱਕ ਤਾਂ ਫਰੀਡਮ ਆਫ ਸਪੀਚ ਦੀ ਗੱਲ ਹੋਈ ਆ ਤੁਸੀਂ ਵਾਰ ਵਾਰ ਗੱਲ ਕਰਦੇ ਹੋ ਕਿ ਫਰੀਡਮ ਆਫ ਸਪੀਚ ਜਿਹੜੀ ਉਹ ਖਤਮ ਕਰ ਦਿੱਤੀ ਗਈ ਹੈ ਇਸ ਨਵੀਂ ਜਿਹੜੀ ਸਰਕਾਰ ਆਈ ਹੈ ਭਾਰਤੀ ਜਨਤਾ ਪਾਰਟੀ ਫਰੀਡਮ ਆਫ ਸਪੀਚ ਜਿਹੜੀ ਆ ਉਹਦੇ ਵਿੱਚ ਕਰਨਾਟਕ ਦੇ ਵਿੱਚ ਇੱਕ ਪੱਤਰਕਾਰ ਦਾ ਕਤਲ ਜਿਹੜੇ ਬੰਦੇ ਫੜੇ ਹੈ ਆ ਕੱਲ੍ਹ ਪਰਸੋਂ ਵਾਜਪਾਈ ਜੀ ਦਾ ਇੱਕ ਚੈਨਲ 'ਚੋਂ ਕੱਢਿਆ ਜਾਣਾ ਜਾਂ ਅਸਤੀਫਾ ਦੇ ਦੇਣਾ ਦੇਖੋ ਅਸਤੀਫਾ ਦੇਤਾ ਜਾਂ ਕਿਸੇ ਨੂੰ ਕਹਿਤਾ ਅਸਤੀਫਾ ਦੇ ਦੇ ਜਾਂ ਮਜਬੂਰ ਕਰਤਾ ਇਹ ਸਾਰੀਆਂ ਗੱਲਾਂ ਇਹ ਫਰੀਡਮ ਆਫ ਸਪੀਚ ਦਾ ਇੰਡੀਕੇਟਰ ਹੈ ਮੇਰਾ ਖਿਆਲ ਮੇਰੇ ਜਿਹੜੇ ਵੀਰ ਬੈਠੇ ਬੀਜੇਪੀ ਵਾਲੇ ਦੱਸਣਗੇ ਜਾ ਕੇ ਉੱਤੇ ਕਿ ਕਿੰਨੀ ਕੁ ਫਰੀਡਮ ਆਫ ਸਪੀਚ ਇੱਥੇ ਹੈਗੀ ਹੈ ਪਰ ਤੁਸੀਂ ਤਾਂ ਸਿੱਖਾਂ ਤੋਂ ਜ਼ਿੰਦਗੀ ਜਿਉਣ ਦਾ ਹੱਕ ਖੋਲਿਆ ਸੀ ਕਿੰਗਰਾ ਸਾਹਿਬ ਪਰ ਇੱਕ ਗੱਲ ਤੁਹਾਨੂੰ ਦੱਸਾਂਗਾ ਤੁਸੀਂ ਤਾਂ ਸਿੱਖਾਂ ਤੋਂ ਜ਼ਿੰਦਗੀ ਜਿਉਣ ਦਾ ਹੱਕ ਖੋਲਿਆ ਸੀ ਇਹਨਾਂ ਨੇ ਦੇਖੋ ਜਿਹੜੀ ਗੱਲ ਹੈ ਜਦੋਂ ਅਸੀਂ ਇਤਿਹਾਸ ਦੀ ਗੱਲ ਕਰਦੇ ਹਾਂ ਉਹਦੇ 3 ਗੱਲਾਂ ਬਹੁਤ ਜ਼ਰੂਰੀ ਹੁੰਦੀਆਂ ਕਿਸੇ ਵੀ ਨੇਸ਼ਨ ਦੇ ਲੀਡਰ ਵਿਸ਼ੇਸ਼ ਜਿਹੜੇ ਉਸ ਵੇਲੇ ਪ੍ਰੈਜੈਂਟ ਹੁੰਦੇ ਆ ਪਰਿਸਥਿਤੀਆਂ ਵਿਸ਼ੇਸ਼ ਜਿਹੜੀਆਂ ਹੁੰਦੀਆਂ ਅਤੇ ਸਮਾਂ ਵਿਸ਼ੇਸ਼ ਜਦੋਂ ਇਹਨਾਂ ਤਿੰਨਾਂ 'ਚੋਂ ਕੋਈ ਵੀ ਵੇਰੀਏਬਲ ਬਦਲ ਜਾਂਦਾ ਹੈ ਉਦੋਂ ਸਥਿਤੀ ਬਦਲ ਜਾਂਦੀ ਹੈ ਇਤਿਹਾਸ ਬਦਲ ਜਾਂਦਾ ਹੈ ਡਿਮਾਂਡਸ ਬਦਲ ਜਾਂਦੀ ਹੈ ਤੁਹਾਡੇ ਲਈ ਉਦੋਂ ਸਥਿਤੀ ਇਹੋ ਜਿਹੀ ਸੀ ਕਿ ਤੁਸੀਂ ਸਿੱਖਾਂ ਨੂੰ ਮਾਰਨਾ ਜ਼ਰੂਰੀ ਸਮਝਿਆ ਨਹੀਂ ਜੈਨੋਸਾਈਡ ਹੋਇਆ ਅੱਛਾ ਨਸਲ ਖੁਸ਼ੀ ਕਹਿੰਦੇ ਆ ਅਹਿਮਦਾਬਾਦ ਤਾਂ ਕੁਝ ਵੀ ਨਹੀਂ ਹੋਇਆ ਯਾਨੀ ਕਿ ਸਾਰੀਆਂ ਪਾਰਟੀਆਂ ਹਿੱਸੇਦਾਰ ਹੈ ਪਾਰਟੀਆਂ ਹਿੱਸੇਦਾਰ ਹੈ ਪਰਟੀਕੂਲਰ ਇਨਸੀਡੈਂਟ ਨੂੰ ਆਪਾਂ ਨਾ ਬਿਲਕੁਲ ਠੀਕ ਹੈ ਇਹਨਾਂ ਦਾ ਕਹਿਣਾ ਹੈ ਜਿਹੜੇ ਮੰਗ ਚੱਕਦੇ ਪਏ ਉਹ ਗੱਲ ਕਹਿੰਦੇ ਪਏ ਆ ਉਹ ਆਰਟੀਕਲ 25B ਦੀ ਵੀ ਗੱਲ ਕਰਦੇ ਆ ਕਿ ਤੁਸੀਂ ਹੁਣ ਤੁਹਾਨੂੰ ਉਹਨਾਂ ਦੀ ਗੱਲ ਸੁਣਦੀ ਨਹੀਂ ਕਿ ਕਿੰਗਰਾ ਸਾਹਿਬ ਮੈਨੂੰ ਗੱਲ ਸੁਣਦੀ ਹੈ ਪੂਰੀ ਦੇਖੋ ਸਕਾਟਲੈਂਡ ਦਾ ਰੈਫਰੈਂਡਮ ਦੇ ਵਾਸਤੇ ਜੇ ਮੀਟਿੰਗ ਦਿੱਲੀ 'ਚ ਹੋਵੇ ਤਾਂ ਬੜੀ ਮੰਦਭਾਗੀ ਗੱਲ ਹੈ ਜਦੋਂ ਉਹ ਕਹਿੰਦੇ ਆ ਪੰਜਾਬ ਵਾਸਤੇ ਰੈਫਰੈਂਡਮ ਕਰਨਾ ਜੇ ਪੰਜਾਬ ਵਾਸਤੇ ਰੈਫਰੈਂਡਮ ਕਰਨਾ ਤਾਂ ਬਹੁਤ ਵੱਡਾ ਹਿੱਸਾ ਪਾਕਿਸਤਾਨ 'ਚ ਪੰਜਾਬ ਦਾ ਉੱਥੇ ਵੀ ਰੈਫਰੈਂਡਮ ਕਰੋ ਪੰਜਾਬ ਤੋੜਿਆ ਗਿਆ ਸੀ ਨਾ ਕਿ ਸਿੱਖ ਤੋੜੇ ਗਏ ਸੀ ਇਕੱਲੇ ਪੰਜਾਬ ਤੋੜਿਆ ਗਿਆ ਸੀ ਬੰਗਾਲ ਤੋੜਿਆ ਗਿਆ ਸੀ ਤੇ ਫਿਰ ਪਾਕਿਸਤਾਨ 'ਚ ਵੀ ਰੈਫਰੈਂਡਮ ਪਹਿਲਾਂ ਕਰਾਓ ਜਿਹੜੇ ਤੁਹਾਨੂੰ ਪਿੱਛੇ ਲੱਗ ਕੇ ਤੁਹਾਨੂੰ ਕਹਿ ਰਹੇ ਕਿ ਰੈਫਰੈਂਡਮ ਕਰਾਓ ਇੱਥੇ ਪਾਕਿਸਤਾਨ ਦਾ ISI ਦਾ ਪੂਰਾ ਹੱਥ ਹੈ ਇਹ ਸਾਬਤ ਹੋ ਚੁੱਕਿਆ ਉਹਨਾਂ ਦਾ ਜਿਹੜਾ ਪ੍ਰੋਜੈਕਟ ਹੈ ਐਕਸਪ੍ਰੈਸ ਜਿਹੜਾ ਤੁਸੀਂ ਪੜ੍ਹਿਆ ਹੈਗਾ ਅੱਜ ਸਾਰਿਆਂ ਨੇ ਰਿਪੋਰਟ ਕਰਤਾ ਜਿਹਦੇ ਤਹਿਤ ਇਹ ਸਾਰਾ ਫੰਡਿੰਗ ਹੋ ਰਹੀ ਹੈ ਫਿਰ ਤੁਸੀਂ ਦੇਖੋ ਦੱਸੋ ਸਕਾਟਲੈਂਡ ਦਾ ਜਿਹੜਾ ਕੁਰਡਿਸਤਾਨ ਦਾ ਜਿਹੜਾ ਕਹਿੰਦੇ ਆ ਇਹ ਰੈਫਰੈਂਡਮ ਉੱਥੇ ਦੇਖਣ ਗਏ ਸੀ ਉਹਦਾ ਫੈਸਲਾ ਕੀ ਜਰਮਨ 'ਚ ਹੋਇਆ ਸੀ ਕਿ ਸਕਾਟਲੈਂਡ ਦੇ ਜਿਹੜਾ ਰੈਫਰੈਂਡਮ ਤੁਸੀਂ ਹੁਣ ਸੱਦਾ ਦੇ ਰਹੇ ਹੋ ਕਿ ਪੰਜਾਬ 'ਚ ਆਓ ਰੈਫਰੈਂਡਮ ਕਰ ਲਈ ਤੁਸੀਂ ਦੇਸ਼ ਛੱਡ ਕੇ ਭੱਜ ਗਏ ਤੁਸੀਂ ਕਹਿੰਦੇ ਹੋ ਅਸੀਂ ਦੇਸ਼ ਬਣਾਉਣਾ ਇਹ ਕਿਵੇਂ ਹੋ ਸਕਦਾ ਹੈਗਾ
ਤੁਸੀਂ ਲੋਕਾਂ ਨੂੰ ਸਿਰਫ ਪੈਸੇ ਇਕੱਠੇ ਕਰਨ ਦਾ ਮਾਮਲਾ ਹੈ, ਇਹ ਗੱਲਾਂ ਜਿਹੜੀਆਂ ਨੇ ਪੈਸੇ ਇਕੱਠੇ ਕਰਨ ਦਾ ਮਾਮਲਾ ਤੁਸੀਂ ਕਹਿ ਰਹੇ ਹੋ, ਬਿਲਕੁਲ ਪੈਸੇ ਇਕੱਠੇ ਕਰਨ ਦਾ ਮਾਮਲਾ, ਫਿਰ ਤੋਂ ਵਾਪਸ ਆਵਾਂਗੇ, ਸਾਰਾ ਰੋਲਾ ਫੰਡਿੰਗ ਦਾ ਹੈਗਾ, ਪੈਸੇ ਇਕੱਠੇ ਕੀਤੇ ਜਾ ਰਹੇ ਰੈਫਰੈਂਡਮ ਦੇ ਨਾਂ ਤੇ। ਸਵਾਲ ਬਹੁਤ ਸਾਰੇ ਹੈਗੇ ਆ, ਬ੍ਰੇਕ ਤੋਂ ਬਾਅਦ ਅੱਗੇ ਪੁੱਛਣ ਜ਼ਰੂਰ ਹੈਗੇ ਆ ਕਿ ਰੈਫਰੈਂਡਮ ਤੇ ਸਿਰਫ ਪੈਸੇ ਇਕੱਠੇ ਕਰਨ ਦਾ ਇੱਕ ਜ਼ਰੀਆ ਹੈਗਾ, ਬ੍ਰੇਕ ਤੋਂ ਵਾਪਸ ਆ ਰਹੇ ਕਿ ਰੈਫਰੈਂਡਮ 2020 ਲੰਡਨ ਐਲਾਨਨਾਮੇ ਨੂੰ ਰੋਕਣ ਲਈ ਭਾਰਤ ਸਰਕਾਰ ਦੀ ਡਿਪਲੋਮੈਸੀ ਕਿੱਥੇ ਖੜੀ ਹੈ। ਗੁਰਤੇਜ ਸਿੰਘ ਜੀ, ਇੱਕ ਪਿਛਲੇ ਸੈਗਮੈਂਟ ਦੇ ਵਿੱਚ ਚਰਚਾ ਸ਼ੁਰੂ ਹੋਈ ਹੈ ਕਿ ਪੈਸਿਆਂ ਦਾ ਪੈਸੇ ਕਮਾਉਣੇ ਆ, ਪੈਸੇ ਇਕੱਠੇ ਕਰਨੇ ਆ, ਡਾਲਰ ਇਕੱਠੇ ਕਰਨੇ ਹੈਗੇ ਆ। ਮੇਰੇ ਨਾਲ ਸਵਾਲ ਇਹ ਵੀ ਹੈਗਾ, ਜੇ ਡਾਲਰ ਇਕੱਠੇ ਕਰਨੇ ਹੈਗੇ ਆ ਤਾਂ ਫਿਰ ਡਾਲਰ ਜਿਹੜੇ ਉਸ ਡਾਲਰਾਂ ਦੇ ਵਿੱਚ ਆ ਰਹੇ, ਸਿਮਰ ਸਿੰਘ ਮਾਨ ਦਾ ਇੱਕ ਬਿਆਨ ਹੁੰਦਾ ਕਿਉਂਕਿ ਬਲਿਊ ਪ੍ਰਿੰਟ ਤਾਂ ਦਿਖਾ ਦਿਓ ਹੈ ਕੀ ਹੈ, ਕਿਉਂਕਿ ਅਸੀਂ ਤਾਂ ਇਸ ਮੁੱਦੇ 'ਤੇ ਕਹਿੰਦੇ ਚੋਣਾਂ ਲੜਦੇ ਹਾਂ। ਕਮ ਸੇ ਕਮ 30 ਸਾਲ ਤੋਂ ਤਾਂ ਸਿਮਰਨਜੀਤ ਸਿੰਘ ਮਾਨ ਨੂੰ ਮੈਂ ਪੁੱਛ ਰਿਹਾ ਵੀ ਤੁਹਾਡਾ ਖਾਲਿਸਤਾਨ ਦਾ ਬਲੂ ਪ੍ਰਿੰਟ ਕਿੱਥੇ ਹੈ, ਜਰਾ ਦੱਸੋ ਕਿਹੜੀ ਸਟੇਜਸ ਦੇ ਵਿੱਚ ਇਸ ਨੂੰ ਪ੍ਰਵਾਨ ਸਿਰੇ ਚੜਾਇਆ ਜਾਏਗਾ, ਕਿਹੜਾ ਕੰਮ ਪਹਿਲਾਂ ਕਰੋਗੇ, ਕਿਸ ਤਰ੍ਹਾਂ ਕਿਸ ਤਰ੍ਹਾਂ ਨਾਲ ਇਹ ਤਾਂ ਉਲਟੀ ਹੋ ਗਿਆ ਆਏਗਾ। ਉਹਨਾਂ ਨੇ ਸਵਾਲ ਉਹਨਾਂ ਨੂੰ ਕੀਤਾ ਐਸਐਸਟੀ ਨੂੰ, ਤੁਸੀਂ ਸਵਾਲ ਸਿਮਰ ਸਿੰਘ ਮਾਨ ਨੂੰ ਪੁੱਛ ਲਿਆ। ਮੈਂ ਤਾਂ 30 ਸਾਲ ਤੋਂ ਪੁੱਛ ਰਿਹਾ, ਇੱਕ A4 ਸਾਈਜ਼ ਦਾ ਪੇਪਰ ਨਹੀਂ ਲਿਖਿਆ ਹੋਇਆ ਇਹਨਾਂ ਨੇ ਕਿ ਖਾਲਿਸਤਾਨ ਕੀ ਚੀਜ਼ ਹੋਏਗੀ। ਇਸ ਤਰ੍ਹਾਂ ਹੀ ਰੈਫਰੈਂਡਮ 2020 ਹੈ, ਰੈਫਰੈਂਡਮ 2020 ਦੇ ਵਿੱਚ UNO ਦੇ ਵਿੱਚ ਕੋਈ ਪ੍ਰੋਵੀਜ਼ਨ ਨਹੀਂ, ਕੋਈ ਇੰਟਰਨੈਸ਼ਨਲ ਲਾਅ ਦੇ ਵਿੱਚ ਪ੍ਰੋਵੀਜ਼ਨ ਨਹੀਂ। ਇਹ ਲੋਕ ਕਹਿੰਦੇ ਆ ਕਿ ਜੀ ਅਸੀਂ ਕਿਸੇ ਨਾ ਕਿਸ ਤਰ੍ਹਾਂ ਨਾਲ ਇੱਥੇ ਰੈਫਰੈਂਡਮ ਕਰਵਾ ਦਿਆਂਗੇ। ਅੱਛਾ, ਪਹਿਲਾਂ ਤਾਂ ਇੱਥੋਂ ਦੀ ਹਾਲਤ ਇਸ ਤਰ੍ਹਾਂ ਦੀ ਨਹੀਂ ਹੈਗੀ, ਅਤੇ ਜੇ ਇੱਥੇ ਹੋ ਵੀ ਜਾਏਗਾ ਤਾਂ ਉਹਦੇ ਨਾਲ ਫਿਰ ਕਿਸ ਤਰ੍ਹਾਂ ਨਾਲ ਐਟਮ ਬੰਬ ਡਿੱਗੇਗਾ। ਇਹ ਸਾਰੇ ਦਾ ਸਾਰਾ ਪ੍ਰੋਪਾਗੈਂਡਾ ਮੈਂ ਇੱਥੇ ਦੇਖ ਰਿਹਾ ਸਰਕਾਰ ਵੱਲੋਂ ਹੋ ਰਿਹਾ। ਤੁਸੀਂ ਕਹਿ ਰਹੇ ਹੋ ਪ੍ਰੋਪਾਗੈਂਡਾ ਸਰਕਾਰ ਵੱਲੋਂ ਹੋ ਰਿਹਾ, ਬਿਲਕੁਲ। ਇਹ ਰੈਫਰੈਂਡਮ ਗੈਰ ਸਰਕਾਰੀ ਹੈ? ਰੈਫਰੈਂਡਮ ਫਿਰ ਤਾਂ ਸਰਕਾਰੀ ਹੋ ਗਿਆ। ਅੱਛਾ, ਸਰਕਾਰੀ ਹੋ ਗਿਆ। ਦੇਖੋ, ਇਹ ਪ੍ਰੋਪਾਗੈਂਡਾ ਇਸ ਵਾਸਤੇ ਹੋ ਰਿਹਾ ਕਿ ਸਿੱਖਾਂ ਦੇ ਨਾਲ ਹੁਣ ਇੱਕ ਇਸ ਤਰ੍ਹਾਂ ਦਾ ਬੇਗਾਨਗੀ ਦਾ ਮਾਹੌਲ ਪੈਦਾ ਕਰਨਾ ਹੈ, ਜਿਸ ਤਰ੍ਹਾਂ ਕਿ ਦੂਸਰੇ ਲੋਕਾਂ ਦੇ ਨਾਲ, ਦਲਿਤਾਂ ਦੇ ਨਾਲ ਕੀਤਾ ਹੋਇਆ, ਜਿਸ ਤਰ੍ਹਾਂ ਕਿ ਮੁਸਲਮਾਨਾਂ ਦੇ ਨਾਲ ਕੀਤਾ ਹੋਇਆ, ਤਾਂ ਕਿ ਹਿੰਦੂ ਵੋਟ ਕੰਸੋਲੀਡੇਟ ਹੋ ਜਾਏ, ਔਰ ਉਹ ਸਾਰਾ ਕੁਛ ਚੱਲ ਰਿਹਾ। ਇਹ 2019 ਦੇ ਵਿੱਚ ਤੇ ਖੇਡਣ ਲਈ ਤਿਆਰ ਹੋ ਰਿਹਾ ਸਾਰਾ ਕੁਛ? ਹਾਂ, ਇਹ ਸਾਰਾ ਕੁਝ 2019 ਵਾਸਤੇ ਹੋ ਰਿਹਾ। ਇਸ ਦੇ ਵਿੱਚ ਬਿਲਕੁਲ ਹੀ ਕੋਈ ਐਸੀ ਗੱਲ ਨਹੀਂ ਹੈਗੀ ਜਿਹੜੀ ਤਾਂ ਸਿੱਖਾਂ ਦੀ ਬੇਗਾਨਗੀ ਹੈ, ਉਹ ਤਾਂ ਜੈਨੂਨ ਹੈ। ਇਹਨਾਂ ਲੋਕਾਂ ਦੇ ਨਾਲ ਨਿਆਂ ਨਹੀਂ ਹੋਇਆ 1947 ਤੋਂ ਬਾਅਦ, ਕਦੇ ਕਿਸੇ ਕਮਿਸ਼ਨ ਨੇ, ਹੁਣ ਤੁਸੀਂ ਲੇਟੈਸਟ ਵੀ ਦੇਖ ਲਿਆ, ਕਦੇ ਕਿਸੇ ਕਮਿਸ਼ਨ ਨੇ, ਕਦੇ ਕਿਸੇ ਸੁਪਰੀਮ ਕੋਰਟ ਨੇ, ਕਦੇ ਕਿਸੇ ਅਦਾਲਤ ਨੇ ਸਿੱਖਾਂ ਦੇ ਨਾਲ ਨਿਆਂ ਨਹੀਂ ਕੀਤਾ। ਸੋ ਇਹਨਾਂ ਦੇ ਵਿੱਚ ਬੇਗਾਨਗੀ ਦੀ ਭਾਵਨਾ ਹੈਗੀ, ਔਰ ਉਸ ਭਾਵਨਾ ਦੇ ਅਧੀਨ ਕੁਛ ਲੋਕ ਜਿਹੜੇ ਬਹੁਤ ਹੀ ਸਮਝ, ਇਸ ਤਰ੍ਹਾਂ ਨਹੀਂ ਸਿਆਸੀ ਸੂਝ ਬੂਝ ਨੂੰ ਐਕਸਰਸਾਈਜ਼ ਨਹੀਂ ਕਰਦੇ, ਸਿਆਣੇ ਤਾਂ ਸਾਰੇ ਹੀ ਹਨਗੇ, ਉਹ ਲੋਕ ਇਹ 2020 ਦੇ ਪਿੱਛੇ ਲੱਗ ਜਾਂਦੇ ਆ, ਖਾਲਿਸਤਾਨ ਦੇ ਪਿੱਛੇ ਲੱਗ ਜਾਂਦੇ ਆ। ਹੁਣ ਮਾਨ ਕੀ ਕਰ ਰਿਹਾ, ਮਾਨ ਕੀ ਕਰ ਰਿਹਾ? ਇਹ ਇੱਕ ਪਾਸੇ ਤਾਂ ਖਾਲਿਸਤਾਨ ਦਾ ਨਾਂ ਲੈ ਕੇ ਅਤੇ ਉਹਨਾਂ ਬਾਹਰ ਦੇ ਲੋਕਾਂ ਨੂੰ ਭਰਮਾ ਰਿਹਾ ਕਿ ਦੇਖੋ ਮੈਂ ਇਕੱਲਾ ਖਾਲਿਸਤਾਨ ਦੀ ਗੱਲ ਕਰਦਾ, ਦੂਸਰੇ ਪਾਸੇ ਖਾਲਿਸਤਾਨ ਦੇ ਨਾਂ ਦੇ ਉੱਤੇ ਇਲੈਕਸ਼ਨ ਲੜ ਕੇ ਗੌਰਮੈਂਟ ਆਫ ਇੰਡੀਆ ਨੂੰ ਯਕੀਨ ਦਵਾ ਰਿਹਾ ਕਿ ਦੇਖੋ ਸਿਰਫ 300 ਵੋਟਾਂ ਪੈਂਦੀਆਂ, ਇਹ ਖਾਲਿਸਤਾਨ ਦੇ ਪਿੱਛੇ ਕੋਈ ਨਹੀਂ। ਤਾਂ ਇਸ ਤਰ੍ਹਾਂ ਦੀ ਮੇਰੇ ਸਵਾਲ ਦਾ ਜਵਾਬ ਨੂੰ ਤੁਸੀਂ ਇੱਥੇ ਗੁਰਤੇਜ ਸਿੰਘ ਜੀ, ਇਸ ਨਾਮ 'ਤੇ ਪੈਸੇ ਕੌਣ ਇਕੱਠੇ ਕਰ ਰਿਹਾ? ਸਿੱਖ ਫੋਰ ਜਸਟਿਸ ਪੈਸੇ ਇਕੱਠੇ ਕਰ ਰਿਹਾ, ਸਿਮਰ ਸਿੰਘ ਮਾਨ ਪੈਸੇ ਇਕੱਠੇ ਕਰ ਰਿਹਾ, ਕੌਣ ਪੈਸੇ ਇਕੱਠੇ? ਇਸ ਗੱਲ ਦੀ ਮੈਨੂੰ ਕੋਈ ਵਾਕਫੀਅਤ ਨਹੀਂ, ਲੇਕਿਨ ਜਿਹੜਾ ਇਹਨਾਂ ਦਾ ਉਹ ਜਿਸ ਵੇਲੇ ਝੋਲੀ ਖੁੱਲੇਗੀ ਸਾਰਾ ਕੁਝ ਸਾਹਮਣੇ ਆ ਜਾਏਗਾ ਕੌਣ ਕੌਣ ਪੈਸੇ ਇਕੱਠੇ ਕਰ ਰਿਹਾ। ਦੇਖੋ, ਪੈਸੇ ਦੀ ਜ਼ਰੂਰਤ ਵੀ ਹੁੰਦੀ ਹੈ ਕਿਸੇ ਪ੍ਰੋਗਰਾਮ ਨੂੰ ਕਰਨ ਵਾਸਤੇ, ਕੀ ਉਸ ਵਾਸਤੇ ਕਰ ਰਹੇ ਆ, ਉਸ ਤੋਂ ਜ਼ਿਆਦਾ ਕਰ ਰਹੇ ਆ। ਬਾਕੀ ਜਿਹੜੀ ਮਾਰਗਰੇਟ ਥੈਚਰ ਦੀ ਗੱਲ ਇੱਥੇ ਚੱਲੀ ਸੀਗੀ, ਗੱਲ ਇਹ ਹੈ ਕਿ ਮਾਰਗਰੇਟ ਥੈਚਰ ਨੇ ਵੈਸਟਲੈਂਡ ਹੈਲੀਕਾਪਟਰ ਵੇਚਣੇ ਸੀ ਹਿੰਦੁਸਤਾਨ ਨੂੰ। ਕੈਨੇਡਾ ਨੇ ਉਸ ਵੇਲੇ ਜਿਹੜੀ ਇਰਾਨ ਤੋਂ ਪਾਈਪਲਾਈਨ ਆਉਣੀ ਸੀ ਗੈਸ ਦੀ, ਉਸ ਦਾ ਠੇਕਾ ਲੈਣਾ ਸੀ। ਇਸ ਕਰਕੇ ਉਹ ਲੋਕ ਇਹਨਾਂ ਨੂੰ ਥੋੜ੍ਹਾ ਜਿਹਾ ਇੰਦਰਾ ਗਾਂਧੀ ਨੂੰ ਜਾਂ ਦੂਸਰੇ ਇੱਥੋਂ ਦੇ ਸਿਆਸਤ ਨੂੰ ਇਹ ਥੋੜ੍ਹਾ ਜਿਹਾ ਬੜਾਵਾ ਦਿੰਦੇ ਸੀ ਔਰ ਸਿੱਖਾਂ ਦੇ ਬਰਖਿਲਾਫ ਗੱਲ ਕਰਦੇ ਸੀ। ਠੀਕ ਹੈ, ਹੁਣ ਉਹਨਾਂ ਦੀ ਕੋਈ ਕੰਪਲਸ਼ਨ ਨਹੀਂ ਹੈ, ਹੁਣ ਕੋਈ ਕੰਪਲਸ਼ਨ ਹੈ। ਵਿਕਰਮਜੀਤ ਸਿੰਘ, ਇੱਕ ਉਹਨਾਂ ਦਾ ਜਿਹੜੀ ਫੋਰਨ ਪਾਲਿਸੀ ਹੈ ਬ੍ਰਿਟਿਸ਼ ਦੀ, ਉਹ ਕੀ ਕਹਿੰਦੀ ਹੈ ਇਸ ਪੂਰੇ ਮਾਮਲੇ 'ਚ, ਜਿਵੇਂ ਗੁਰਤੇਜ ਸਿੰਘ ਹੋਰਾਂ ਨੇ ਮੁੱਦਾ ਚੁੱਕਿਆ ਕਿ ਪਹਿਲਾਂ ਉਦੋਂ ਤਾਂ ਇਹ ਜ਼ਰੂਰਤ ਸੀਗੀ? ਨਹੀਂ, ਜ਼ਰੂਰਤ ਸੀਗੀ ਟ੍ਰੇਡ ਦੀ, ਡਿਫੈਂਸ ਡੀਲ ਦੀ। ਇਟ ਵਾਜ਼ ਨੋਟ ਓਨਲੀ ਹੈਲੀਕਾਪਟਰ, ਇਟ ਵਾਜ਼ ਆਰਟਿਲਰੀ ਗਨਸ ਦੀ ਵੀ ਡੀਲ ਚੱਲ ਰਹੀ ਸੀ, ਹੈਰੀਅਰ ਏਅਰਕ੍ਰਾਫਟ ਨੇਵਲ ਦੀ ਵੀ ਉਸ ਟਾਈਮ ਗੱਲ ਚੱਲ ਰਹੀ ਸੀਗੀ। ਐਂਡ ਬ੍ਰਿਟਨ ਸਕਸੀਡਡ ਇਨ ਸੈਲਿੰਗ ਵੈਸਟਲੈਂਡ ਹੈਲੀਕਾਪਟਰਸ ਟੂ ਇੰਡੀਆ 1985, ਸੋ ਉਹਦਾ ਡਾਇਰੈਕਟ ਇੰਪੈਕਟ ਸੀਗਾ। ਟ੍ਰੇਡ ਦੇ ਵੀ ਰਿਟਨ ਫੋਰਨ ਆਫਿਸ ਦੀ ਸਟੇਟਮੈਂਟਸ ਨੇ ਕਿ ਸਾਡਾ ਟ੍ਰੇਡ ਬਹੁਤ ਜ਼ਿਆਦਾ ਇੰਡੀਆ ਨਾਲ, 5 ਬਿਲੀਅਨ ਪਾਊਂਡਸ ਦਾ ਉਹ ਇਫੈਕਟ ਹੋ ਜਾਏਗਾ। ਪਰ ਤੁਸੀਂ ਅਗਰ ਦੇਖੋ ਕਿ ਉਸ ਟਾਈਮ ਜਿਹੜਾ ਇੰਗਲੈਂਡ ਦੀ ਅਪਰੋਚ ਸੀ ਟੂ ਇੰਡੀਆ, ਇੰਗਲੈਂਡ UK ਰਿਲੇਸ਼ਨ ਔਨ ਖਾਲਿਸਤਾਨ, ਉਹਨਾਂ ਨੇ ਇਹ ਕਿਹਾ ਹੈ ਕਿ ਅਗਰ ਅਸੀਂ ਡੈਮੋਨਸਟ੍ਰੇਸ਼ਨ ਅਲਾਓ ਕਰਦੇ ਹਾਂ ਤਾਂ ਪੀਪਲ ਇਨ ਇੰਡੀਆ ਵਿਲ ਟਰਨ ਅਗੇਂਸਟ ਦ ਮੈਜਿਸਟੀ ਦ UK ਗਵਰਨਮੈਂਟ, ਇਟ ਵਿਲ ਇਨਸਾਈਟ ਕਮਿਊਨਲ ਹੇਟਰਡ ਇਨ ਇੰਡੀਆ। ਉਸ ਇਸ ਹੱਦ ਤੱਕ ਮਾਰਗਰੇਟ ਥੈਚਰ ਨੇ ਆਪਣੀ ਫੋਰਨ ਪਾਲਿਸੀ ਨੂੰ
खालिस्तान के इशू ते स्लांट किया। हुण देखो अज जिहड़ी यूके गवर्नमेंट है बिल्कुल ऐं जी कोई उन्हां दा कंसर्न नहीं है कि कम्यूनल हेटेड होएगा खालिस्तान नाल इंडो ब्रिटिश टाइज से की इंपैक्ट होएगा, कोई इंपैक्ट नहीं, कोई उन्हां दी कंसिडरेशन नहीं। ट्रेड इंडो यूएस इंडो यूके ट्रेड का कोई इन्हां नूं कंसिडरेशन नहीं, कोई वड्डियां डिफेंस डील्स नहीं हैगियां। अच्छा मार्ग तरीजा मे और मोदी गवर्नमेंट में कोई ज़्यादा वॉर्म्थ भी नहीं है। तुसीं देखिया मोदी साहब पिछली बारी गए सी यूके किन्ना को उन्हां दा बायलैटरल रिलेशन किन्ने वॉर्म सी, कोई इन्ना इंपैक्ट नहीं सी। हुण जिहड़ी ब्रैक्सिट की गल आ रही है ब्रैक्सिट नाल आ भी गल चल रही है कि यूके इंडिया नूं इन्ना फेवरेबल ट्रेड टर्म्स नहीं दे सकेगी क्योंकि यूके दी जिहड़ी ट्रेड पॉलिसी है वह यूरोपियन यूनियन की ट्रेड पॉलिसी के नाल मिल रही है, सो उन्हूं इन्ना इन्ना कंसेशन इंडिया नूं नहीं दे सकेगी। सो अल्टीमेटली की है यूके नूं इन्ना कोई इंडिया नाल है नहीं। एट द सेम टाइम एक हाउस ऑफ कॉमन्स की कमेटी भी बैठी है कि हाउ इंडिया और यूके के रिलेशन नूं इनक्रीज़ किया जाए, स्ट्रेंथन किया जाए, क्योंकि इंडिया की मार्केट इकोनॉमी बहुत बड़ी है, इंडिया एक जियोपोलिटिकल सिग्निफिकेंस है, जरूरत है इंडिया की है बट नॉट टू द एक्सटेंट जिनी मार्केट थैचर नूं सी। ये बड़ा वड्डा कॉन्ट्रास्ट ठीक है कि तो नहीं। विक्रम जी एक सवाल होर भी तैयार रहा, हाँ बच मैं आ रहा, एक सवाल यह भी तैयार रहेगा कि दोनों सरकार दोनों मुल्क है जो सिखा वंडना तो नहीं चाह रहे। नहीं देखो द सिक्स आर यूज्ड एज अ पॉन इन द यूके जियोपोलिटिकल गेम्स और याद दानी 1947 दा हैगा ठीक है। और तुसी हुण लेटेस्ट भी देखो द यूके सिक्स वांट टू बी डिक्लेयर्ड एन एथनिक कम्युनिटी नॉट इंडियन सिक्स, सो दे ब्रिटिश गवर्नमेंट रियलाइज कर दी है एक सोर्स है प्रेशर पॉइंट है जो इंडियन गवर्नमेंट ते एग्जर्ट कर सकते हैं प्रेशर पॉइंट है। हां संदर्भ की कहना चाह रहे हो? मैं कहना चाह रहा सी भी 1984 दे ब्लू स्टार ऑपरेशन तो आपा जे लईए भी उदो मार्गरेट थैचर ते उदो इत्थों तक भी आया सी भी ब्लू स्टार ऑपरेशन दा ब्लूप्रिंट भी उत्थों आया गया सी। सो जे बेसिकली ते मैनू ते निकल के आउंदा भी गांधी फैमिली दी जिहड़ी हेटेडनेस है टूवर्ड्स द सिक्स इन्ने सिखां नूं आज़ादी तो लैके हुण तक मैनोरिटी च सी असीं, मैनोरिटी दे विच रखदे होए सानूं जे किसी ने सप्रैस किया तो कांग्रेस तो है ही है जमात पर गांधी फैमिली जिहड़ी उहदे के पी जी तुसीं 47 तो लैके अज तक जिहड़े सेंटीमेंट साढ़े हर्ट होए आ ये उहदा ही इफेक्ट है। मैं शुरू च रेफरेंडम लैके सॉफ्ट मैं शुरू च किया सी भी सिक्स सेंटीमेंट्स, मैं रेफरेंडम की गल नहीं करता, मैं इत्थे सिक्स सेंटीमेंट्स जिहड़े हर्ट होए होए आ जिन्हां नूं वरत्या गया सानूं छोटा जा एक कॉमनवेल्थ खेडां दे विच जिहड़ी मशाल सीगी ओह उत्थे गई सी उहदे ते 3.5-4 crore रुपया खर्च आया सी, 350-400 बंदा सी सारा उत्थे। आई नो आई स्टडीड देयर इन यूके, आई नो हाउ एक्सपेंसिव इट इज। गुरदेव सिंह कर रहे एक गल कही सीगी वी ओ प्रोग्राम करना उहदे लई पैसे इकट्ठे कीते जा रहे ਜਾਂ ਅਗਾਂ ਜੋੜ ਕੇ ਰੱਖਣੇ ਉਹਦੇ ਲਈ ਪੈਸੇ ਕੱਢੇ ਜੋੜ ਜਾੜ ਦੇਖੋ ਦੇਖੋ ਇਸ ਤਰ੍ਹਾਂ ਹੁੰਦਾ ਜੇ ਤੁਹਾਨੂੰ 10 ਰੁਪਏ ਇਕੱਠੇ ਹੋ ਤਾਂ 10 ਤਾਂ ਹੀ ਖਰਚ ਹੁੰਦੇ 5 ਵੀ ਹੋ ਸਕਦੇ 9 ਵੀ ਹੋ ਸਕਦੇ 11 ਵੀ ਹੋ ਸਕਦੇ ਦੈਟਸ ਅ ਡਿਫਰੈਂਟ ਮੈਟਰ ਆਲ ਟੂਗੇਦਰ ਲੇਕਿਨ ਇਹਦੇ ਵਿੱਚ ਦੇਖੋ ਕਦੇ ਵੀ ਤੁਸੀਂ ਕਿਸੇ ਦੇ ਸੈਂਟੀਮੈਂਟ ਨੂੰ ਭੜਕਾਉਣਾ ਨਹੀਂ ਚਾਹੀਦਾ। ਤੁਸੀਂ ਜੇ ਕੋਈ ਗੱਲ ਕਰਦੇ ਹੋ ਤੁਸੀਂ ਪਹਿਲੀ ਗੱਲ ਤਾਂ ਜਿਵੇਂ ਸਿਮਰਜੀਤ ਸਿੰਘ ਮਾਨ ਹੋਣਾ ਨੇ ਬੜਾ ਕਲੀਅਰ ਰੱਖਿਆ ਕਿ ਤੁਸੀਂ ਦੱਸੋ ਰੈਫਰੈਂਡਮ ਕਰੋਗੇ ਕਿਵੇਂ ਸੋਸ਼ਲ ਮੀਡੀਆ 'ਤੇ ਜਿੱਥੇ ਹਰਦੀਪ ਸਿੰਘ ਕਿੰਗਰਾ 50 ਆਈਡੀਆ ਬਣਾ ਸਕਦਾ ਜਿੱਥੇ ਵਟਸਐਪ ਦੇ ਵਿੱਚ ਪਤਾ ਹੀ ਨਹੀਂ ਬੰਦਾ ਕੌਣ ਹੈ ਬੰਦਾ ਬੁੜੀ ਬਣ ਕੇ ਤੁਹਾਡੇ ਨਾਲ ਸਮੇਂ ਨਾ ਤੁਸੀਂ ਇਹ ਗੱਲ ਕਹਿਣਾ ਚਾਹ ਰਹੇ ਕੋਈ ਬਲੂ ਪ੍ਰਿੰਟ ਹੈ ਨਹੀਂ ਰਿਫਰੈਂਡ ਹੋ ਹੀ ਨਹੀਂ ਸਕਦਾ ਜੀ ਫਿਰ ਤੁਹਾਡੇ ਲੀਡਰ ਕੋਲ ਰੋਣਾ ਪਾਉਂਦੇ ਆ ਫਿਰ ਉਹਨਾਂ ਨੂੰ ਜਾ ਕੇ ਗੱਲ ਦੱਸਦੇ ਕਿਉਂ ਨਹੀਂ ਤੁਸੀਂ ਕਿਉਂ ਰੋਣਾ ਪਾਉਂਦੇ ਆ ਫਿਰ ਡਰ ਤਾਂ ਲੱਗਦਾ ਤੁਹਾਨੂੰ ਰਿਫਰੈਂਡਮ ਦਾ ਕੋਈ ਡਰ ਨਹੀਂ ਲੱਗਦਾਗਾ ਤੁਹਾਡੇ ਲੀਡਰ ਪਾਰਲੀਮੈਂਟ ਵਿੱਚ ਗੱਲ ਕਰਦੇ ਪਏ ਫਿਰ
खालिस्तानी मूवमेंट अब्रॉड अगर ये दोनों हालात इन्हें ट्रेजेडीज ना होंगी इंडिपेंडेंट इंडिया भी तो खालिस्तान मूवमेंट वुड हैव फिजल्ड आउट ये कांग्रेस के रजीम विच होया एंड दे वर डायरेक्टली रिस्पॉन्सिबल फॉर बोथ दी हैपनिंग्स सो एंड अनफॉर्चुनेटली व्हाट हैज हैपेंड इज ये जेडे रेफरेंडम दी मांग उठी है नहीं ये देखो खालिस्तान मूवमेंट इन द वेस्ट विच ये दो बहुत बड़े मुद्दे ने और मैं कह रहा हूं कि ये अनफॉर्चुनेटली ये दो ट्रेजेडीज नु जेडे वेस्टर्न जेडे खालिस्तानी सिंपथाइजर्स ने उन्होंने इनु हाईजैक किया है एक्चुअली दीज आर टू मेजर ग्रीवेंसेस रेफरेंडम 2020 लंडन ऐलाननामे नूं रोकण लई भारत सरकार दी डिप्लोमेसी कित्थे खड़ी है खास पैनल साडे नाल मौजूद हैगा आखिरी हिस्से विच असीं करनाल से पीर मुहम्मद आल इंडिया सिख स्टूडेंट फैडरेशन के प्रधान ये भी साडे नाल इत्थे पहुँच के आ वैसे थोड़ा जिहा देरी नाल आए हैं पर इन्हां तों सवाल जवाब जरूर करांगे पीर मुहम्मद साहब तुहाडा बहुत स्वागत है पीर मुहम्मद साहब सवाल यही है इस चर्चा के जो सवाल उठे रेफरेंडम 2020 का ब्लू प्रिंट किसी नूं पता है तुहानूं पता देखो जिहड़ा रेफरेंडम 2020 है जो सिख कौम दे नाल ज्यादतियां कीतियां गईयां देश दी आजादी तो तुरंत बाद ते अज तक टिल डेट तक जो ज्यादतियां जारी ने जिन्हां दे विच मैं गिना देवां कि जिहड़ा सिखां नूं जरैम पेशा कौम दा खिताब देना और नवंबर 1984 6 जून 1984 और पंजाब दे विच नौजवानां दी किलिंग और साहब श्री गुरु ग्रंथ साहब जी के पावन पवित्र स्वरूपां दी बेअदबी इस तरह दी जिहड़ियां घटनावां ने इन्हां ने ही सिखां नूं रायशुमारी कराउण लई मजबूर कीता मेरा सवाल यह सीगा मेरा सवाल सी रेफरेंडम होगा कि नहीं ओहदा रेफरेंडम देखो नॉन बाइंडिंग वो कह रहे ने गुरपतवंत सिंह पन्नू कि असीं नॉन बाइंडिंग दुनिया दे विच इह गल लैके जाना चाहुंदे आ कि सिख वाकया ही आजादी चाहते हैं कि नहीं चाहते हाँ का जवाब देंगे सोशल मीडिया से पता लगूगा देखो अज अज का तरीका बड़ा सौखा है अज जदों जदों अज दुनिया के जिथे जिथे रेफरेंडम होए ने उन्होंने कोई तरीका उन्हें अपनाया उन्होंने बड़े अपने हर दिन वो अपना पक्ष रख रहे हैं मैं ये गल कहनी चाहना कि देखो जो असी सिख फॉर जस्टिस बनाई सी 2007 दे विच उस वक्त असी बनाई सी सिखां दे नाल जिहड़ियां जातियां हुई नवंबर 1984 सिख कतलेआम जिहड़ा दंगे अज खड़ी है मेरी गल सुनो हर सिख नूं करनी पवेगी हर सिख नूं करनी पवेगी सिंदर सिंह गिल हर सिख नूं करनी पवेगी देखो जिथों इन्होंने शुरू की गल भी सिखां नूं वेस्ट पाकिस्तान तो जो हिंदुस्तान जरायम पेशे करके इन्हां नूं मन्या गया के पी जी तुसी एक गल नूं ना फोर्स कर रहे हो मैं एक तुहानू शुरू तों ही गल कर रहा हां बिल साहब तुसी एक गल कहने हो असी सिखां दी अतैशी पार्टी नहीं कहते तुसी पंथक अतैशी पार्टी हो जां नहीं असी पंथक अतैशी पार्टी हां पर असी इह भी हक च नहीं रखदे भी पंजाब दे हिंदुस्तान नूं असी अपना मुल्क मन्निया उदों मैं किसी नूं इत्थे सपोर्ट वास्ते नहीं आया मैं श्रोमणी अकाली दल दा व्यू पॉइंट रख रहे किसी भी हिंदुस्तान दे असी पंजाब हिंदुस्तान दा हिस्सा है उहदे असी हक च हमेशा रहे पर सिखां दे सेंटीमेंट्स ही जिथे आउंदी आ गल जिहड़े कि 47 तो लैके हुण तक सिखां नूं विलुंद रहे ने साडे ओह जखम नहीं हरे होए ओह सेंटीमेंट्स नूं असीं सपोर्ट करदे आ रेफरेंडम ते की पंजाब दी शांति नूं कोई खतरा है
ਰੈਫਰੈਂਡਮ ਤੇ ਪੰਜਾਬ ਦੀ ਸ਼ਾਂਤੀ ਨੂੰ ਇਹ 12 ਅਗਸਤ ਤੋਂ ਬਾਅਦ ਪਤਾ ਲੱਗੇਗਾ ਪੰਜਾਬ ਦੀ ਸ਼ਾਂਤੀ ਨੂੰ ਅੱਜ ਤੁਹਾਨੂੰ ਖਤਰਾ ਨਹੀਂ ਲੱਗਦਾ 12 ਅਗਸਤ ਤੋਂ ਬਾਅਦ ਅੱਜ ਤੁਹਾਨੂੰ ਖਤਰਾ ਨਹੀਂ ਲੱਗਦਾ ਪਿਆ ਭਾਰਤੀ ਜਨਤਾ ਪਾਰਟੀ ਗੱਲ ਕਹਿ ਰਹੀ ਹੈ ਕਾਂਗਰਸ ਗੱਲ ਕਹਿ ਰਹੀ ਹੈ ਤੁਸੀਂ ਕਹਿ ਰਹੇ ਹੋ ਇੰਟੈਲੀਜੈਂਸ ਹੈ ਤੇ ਇਹਨਾਂ ਕੋਲ ਅੱਜ ਸਟੇਟ ਦੀ ਇੰਟੈਲੀਜੈਂਸ ਹੈ ਉਹਨਾਂ ਕੋਲ ਆ ਮੇਰੇ ਕੋਲ ਨਹੀਂ ਹੈ ਸ਼ਾਂਤੀ ਨੂੰ ਕੋਈ ਖਤਰਾ ਹੈ ਇਹਨਾਂ ਨੂੰ ਪੁੱਛੋ ਸਟੇਟ ਦੀ ਇੰਟੈਲੀਜੈਂਸ ਸਰਕਾਰ ਆ ਬੈਠੀ ਸਵਾਲ ਤੁਹਾਡਾ ਇੱਕ ਹੋਰ ਹੋਣਾ ਚਾਹੀਦਾ ਜਿਹੜਾ ਸਵਾਲ ਕਰਨ ਦੀ ਲੋੜ ਹੈ ਕਿ ਸਿੱਖਾਂ ਨੇ ਤਾਂ ਅਜੇ ਰਾਜ ਕੀਤਾ ਨਹੀਂਗਾ ਹੁਣ ਮੰਗ ਰਹੇ ਨੇ ਜਿਹੜੇ ਲੋਕ ਰਾਜ ਕਰ ਰਹੇ ਨੇ ਇੰਡੀਆ ਦੇ ਉੱਪਰ ਉਹ ਅੱਜ ਹਿੰਦੂ ਰਾਸ਼ਟਰ ਮੰਗ ਰਹੇ ਨੇ ਉਹਨਾਂ ਦੇ ਬਾਰੇ ਸਵਾਲ ਕਿਉਂ ਨਹੀਂ ਪੁੱਛ ਰਹੇ ਤੁਸੀਂ ਉਹ ਸਵਾਲ ਕਰੋ ਆ ਜਿੰਨੀਆਂ ਪਾਰਟੀਆਂ ਬੈਠੀਆਂ ਉਹਨਾਂ ਨੂੰ ਸਵਾਲ ਹੋ ਚੁੱਕਿਆ ਉਹ ਕਿਉਂ ਕਹਿੰਦੇ ਨੇ ਕਿ ਹਿੰਦੂ ਤੇ ਹਿੰਦੁਸਤਾਨ ਪੀਰ ਸਾਹਿਬ ਇਹ ਸਵਾਲ ਹੋ ਚੁੱਕਿਆ ਵੈਸੇ ਹਰਦੀਪ ਪਿੰਗਰਾ ਸਾਹਿਬ ਪੰਜਾਬ ਦੀ ਸ਼ਾਂਤੀ ਨੂੰ ਖਤਰਾ ਲੱਗਦਾ ਦੇਖੋ ਕਿਸੇ ਵੀ ਇਲਾਕੇ ਦੇ ਵਿੱਚ ਸ਼ਾਂਤ ਲੋਕ ਦੇਖੋ ਸਾਰੇ ਲੋਕ ਸੈਟਿਸਫਾਈਡ ਨਹੀਂ ਹੁੰਦੇ 2-4% 10% 20% ਲੋਕ ਜਿਹੜੇ ਨੇ ਉਹ ਕਿਸੇ ਵੀ ਆਈਡੀਆਲੋਜੀ ਨਾਲ ਜੁੜ ਪੈਂਦੇ ਨੇ ਜਿਹੋ ਜਿਹੀ ਮਰਜ਼ੀ ਆਈਡੀਆਲੋਜੀ ਲੈ ਲਓ ਸਰਕਾਰ ਨੂੰ ਲੱਗਦਾ ਪੰਜਾਬ ਦੀ ਸ਼ਾਂਤੀ ਨੂੰ ਖਤਰਾ ਹੈ ਕਿਉਂਕਿ ਸਰਕਾਰ ਵਾਰ ਵਾਰ ਗੱਲ ਜਾ ਕੇ ਕੇਂਦਰੀ ਗ੍ਰਹਿ ਮੰਤਰੀ ਕੋਲ ਕਹਿੰਦੀ ਹੈ ਮੈਂ ਇਹ ਕਹਿ ਰਿਹਾ ਕਿ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋਸ਼ਿਸ਼ ਹੈ ਹਾਂ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਪੂਰੇ ਸਾਕਸ਼ਮ ਆ ਸ਼ਾਂਤੀ ਭੰਗ ਨਾ ਹੋਣ ਦੇ ਬਿਲਕੁਲ ਨਹੀਂ ਹੋਣ ਦੇਵਾਂਗੇ ਇੱਥੇ ਸ਼ਾਂਤੀ ਭੰਗ ਇਹ ਵੀ ਤਾਂ ਦੱਸ ਦਈਏ ਠੀਕ ਹੈ ਲੇਕਿਨ ਉਹ ਸਥਿਤੀ ਜਿੱਥੋਂ ਪੰਜਾਬ ਨਿਕਲਿਆ ਉਸ ਸਥਿਤੀ 'ਚ ਪੰਜਾਬ ਨੂੰ ਦੁਬਾਰਾ ਝੋਕਣਾ ਜਿਹੜਾ ਹੈਗਾ ਉਹ ਕੋਈ ਵੀ ਸਿਆਣਾ ਬੰਦਾ ਜਿਹੜਾ ਉਹ ਨਹੀਂ ਚਾਹੇਗਾ ਪੰਜਾਬ ਚੱਲਣ ਵਾਲਾ ਠੀਕ ਹੈ ਇਸ ਕਰਕੇ ਤੁਸੀਂ 47 ਕੋਸ਼ਿਸ਼ ਜਿੰਨੀ ਮਰਜ਼ੀ ਕਰ ਲੈਣ 47 84 ਦੀ ਉਦਾਹਰਨ ਪਾਕਿਸਤਾਨ ਦਾ ਕਦੋਂ ਦਾ ਲੱਗਿਆ ਹੋਇਆ ਤੁਸੀਂ 47 84 ਦੀ ਉਦਾਹਰਨ ਦੇ ਰਹੇ ਹੋ ਇਸ ਮਸਲੇ ਨਾਲ ਕਾਦੀ 47 84 ਦੀ 84 ਦੀ ਉਦਾਹਰਨ ਦੇ ਰਹੇ ਹੋ ਨਾ ਪੰਜਾਬ ਜਿਸ ਜਾਂ 92 ਜਾਂ 92 ਦੀ ਉਦਾਹਰਨ ਦੇ ਰਹੇ ਹੋ ਮੈਂ ਕੋਈ ਉਦਾਹਰਨ ਨਹੀਂ ਦਿੱਤੀ ਮੈਂ ਇਹ ਕਹਿ ਦਿੱਤਾ ਕਿ ਜਿਹੜਾ ਹਾਲਾਤ ਬਦਲੇ ਹੋਏ ਨੇ ਸਮਾਂ ਬਦਲਿਆ ਹੋਇਆਗਾ ਪੰਜਾਬ ਨੂੰ ਉਸ ਸਿਚੁਏਸ਼ਨ ਜਿੱਥੋਂ ਨਿਕਲਿਆਗਾ ਉੱਥੇ ਦੁਬਾਰਾ ਕਦੇ ਟੱਕਿਆ ਨਹੀਂ ਜਾਏਗਾ ਉਦਾਹਰਨ ਦੀ ਲੋੜ ਹੈ ਕੇਪੀ ਜੀ ਜਿਸ ਪਾਰਟੀ ਨੇ ਸਾਰਾ ਕੁਝ ਕੀਤਾ ਉਹਨੇ ਉਦਾਹਰਨ ਦੇਣਾ ਦੇਖੋ ਇਹ ਕੈਪਟਨ ਅਮਰਿੰਦਰ ਸਿੰਘ ਆ ਜਗਦੀਸ਼ ਟਾਈਟਲਰ ਨੂੰ ਸਪੋਰਟ ਕਰਦੇ ਆ ਉਹਨਾਂ ਹੈ ਜਵਾਬ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਦੀ ਗੱਲ ਉਹਨਾਂ ਦਾ ਖੁਦ ਦੀ ਸਟੇਟਮੈਂਟ ਆਈ ਹੈ ਕੋਈ ਇਸ ਉਹਨਾਂ ਨੇ ਕਲੀਨ ਚਿੱਟ ਦਿੱਤੀ ਹੈ ਉਦੋਂ ਤੋਂ ਹੀ ਬੋਲਦੇ ਨਹੀਂ ਇਹ ਤੁਸੀਂ ਨਹੀਂ ਉਦੋਂ ਬੋਲੋ ਨਾ ਕਿੰਗਰਾ ਸਾਹਿਬ ਆਪਾਂ 2020 ਦੇ ਗੱਲ ਉਧਰ ਚੱਲ ਜਾਓ 2020 ਨਹੀਂ ਨਹੀਂ ਆਪਾਂ ਜਾਣ ਨਹੀਂ ਸੋਚ ਨਹੀਂ ਹੋ ਕਹਿੰਦੇ ਤਾਂ ਕਾਂਗਰਸ ਨੇ ਖੁਦ ਸਾਰਾ ਕੁਝ ਕੀਤਾ ਅੱਜ ਤੁਸੀਂ ਗੱਲ ਕਰ ਰਹੇ ਹੋ ਕਿ ਬਹੁਤ ਜ਼ਿਆਦਾ ਇਹ ਕਹਿ ਰਹੇ ਹੋ ਨਾ ਤੁਸੀਂ ਸੈਂਟੀਮੈਂਟ ਦੀ ਗੱਲ ਤਾਂ ਕਰਦੇ ਆ ਨਾ ਮਾਲਵੇ ਸਿੰਘ ਤੁਸੀਂ 2020 ਦੀ ਗੱਲ ਕਰਵਾ ਜਿਹੜਾ ਇਹ ਰੈਫਰੈਂਡਮ ਤੇ ਆਪਾਂ ਇਕੱਠੇ ਹੋਏ ਆ ਮਾਲਵੇ ਸਿੰਘ ਬਾਕੀ ਗੱਲਾਂ ਫੇਰ ਕਰ ਲਾਂਗੇ ਇੱਕ ਮਿੰਟ ਪਲੀਜ਼ ਕਿੰਗਰਾ ਸਾਹਿਬ ਮਾਲਵੇ ਸਿੰਘ ਰੈਫਰੈਂਡਮ ਦਾ ਬਲੂਪ੍ਰਿੰਟ ਕੋਈ ਸਰਕਾਰ ਕੋਲੇ ਪਹੁੰਚ ਗਿਆ ਵੀ ਸਰਕਾਰ ਵਾਰ ਵਾਰ ਯੂਕੇ ਨੂੰ ਕਹਿ ਰਹੀ ਹੈ ਉੱਥੇ ਕਿਤੇ ਕਹਿ ਰਹੀ ਹੈ ਇੱਥੇ ਸਟੇਟ ਗਵਰਨਮੈਂਟ ਜਾਂਦੀ ਹੈ ਉੱਥੇ ਗੱਲ ਕਰ ਕੋਈ ਪਹੁੰਚ ਗਿਆ ਜਾਂ ਰੋਲਾ ਤੁਹਾਨੂੰ ਸਿਰਫ ਸੋਸ਼ਲ ਮੀਡੀਆ 'ਤੇ ਦੇਖਦਾ ਪਿਆ ਨਹੀਂ ਨਹੀਂ ਦੇਖੋ ਸਰਕਾਰ ਦਾ ਕੰਸਰਨ ਬਣਦਾ ਜਦੋਂ ਵੀ ਐਂਟੀ ਨੇਸ਼ਨ ਐਕਟੀਵਿਟੀ ਕੋਈ ਉਹਨਾਂ ਦੇ ਧਿਆਨ 'ਚ ਆਉਂਦੀ ਹੈ ਜਾਂ ਕੋਈ ਗੱਲ ਹੁੰਦੀ ਹੈ ਦੇਖੋ ਸਰਕਾਰ ਨੇ ਲੈਟਰ ਲਿਖੀ ਅਤੇ ਉਹਨਾਂ ਦੇ ਧਿਆਨ 'ਚ ਕੋਈ ਗੱਲ ਆਈ ਹੋਊਗੀ ਕੋਈ ਐਕਟੀਵਿਟੀ ਲੰਡਨ 'ਚ ਹੋ ਰਹੀ ਹੈ ਇਸ ਕਰਕੇ ਚਿੱਠੀ ਲਿਖੀ ਲੰਡਨ ਨੂੰ ਬ੍ਰਿਟਿਸ਼ ਹਾਈ ਕਮਿਸ਼ਨ ਨੂੰ ਜਾਂ ਬ੍ਰਿਟਿਸ਼ ਸਰਕਾਰ ਨੂੰ ਇਸ ਕਰਕੇ ਸਰਕਾਰਾਂ ਕੰਸਰਨ ਰਹਿੰਦੀਆਂ ਹੈ ਵੀ ਮੁਲਕ ਦੀ ਜਿਹੜੀ ਸ਼ਾਂਤੀ ਆ ਉਹ ਜਾਂ ਮੁਲਕ ਸਰਕਾਰਾਂ ਜਦੋਂ ਇੱਥੇ ਗੱਲ ਉੱਠਦੀ ਹੈ ਕਿ ਤੁਸੀਂ ਹਿੰਦੂ ਰਾਸ਼ਟਰ ਦੀ ਗੱਲ ਕਿਉਂ ਕਰਦੇ ਹੋ ਤੁਹਾਡੇ ਲਈ ਕਿਉਂ ਗੱਲ ਕਰਦੇ ਆ ਮੈਂ ਉਦੋਂ ਕਿਉਂ ਨਹੀਂ ਸਰਕਾਰ ਮੈਂ ਪਹਿਲੇ ਸੈਗਮੈਂਟ 'ਚ ਕਿਹਾ ਇਹ ਨਾ ਹਿੰਦੂਆਂ ਦਾ ਨਾ ਸਿੱਖਾਂ ਦਾ ਨਾ ਮੁਸਲਮਾਨਾਂ ਦਾ ਇਹ ਸਾਰਿਆਂ ਧਰਮਾਂ ਦਾ ਸਾਰੀਆਂ ਜਾਤਾਂ ਦਾ ਮੁਲਕ ਆ ਉਹ ਸੈਕੂਲਰ ਮੁਲਕ ਹੈ ਆਪਦੀ ਪਾਰਟੀ ਨੂੰ ਪੁੱਛ ਕੇ ਗੱਲ ਕਰੋ ਮੈਂ ਆਪਣੀ ਪਾਰਟੀ ਵੱਲੋਂ ਹੀ ਆਇਆ ਨਹੀਂ ਕਰ ਰਿਹਾ ਤੁਹਾਡੇ ਕਹਿਣ ਤੇ ਨਹੀਂ ਆਇਆ ਨਹੀਂ ਕਰ ਰਿਹਾ ਤੁਹਾਡੇ ਕਹਿਣ ਤੇ ਨਹੀਂ ਆਇਆ ਆਪਦੀ ਪਾਰਟੀ ਵੱਲੋਂ ਆ ਇਹ ਮੁਲਕ ਸਾਰੇ ਧਰਮਾਂ ਦਾ ਸਾਰੀਆਂ ਜਾਤਾਂ ਦਾ ਸੈਕੂਲਰ ਮੁਲਕ ਹੈ ਇਹ 19 ਤੱਕ ਹੈ ਜੋ ਤੋਂ ਬਾਅਦ ਵੀ ਰਹੂਗਾ ਇਹ ਹਮੇਸ਼ਾ ਤੋਂ ਅੱਗੇ ਰਹੂਗਾ ਇਹ ਰੋਲਾ 19 ਤੱਕ ਪਾ ਰਹੇ ਹੋ ਇਹ 19 ਤੱਕ ਰੋਲਾ ਪਾ ਰਹੇ ਹੋ ਕੀਤੀ ਨਹੀਂ ਹੋਣਾ ਇਹ ਇਸ ਤੱਕ ਪਾਕਿਸਤਾਨ ਚ ਕਾਂਗਰਸ ਨੇ ਹਮੇਸ਼ਾ ਕੋਸ਼ਿਸ਼ ਕੀਤੀ ਆ ਲੇਕਿਨ ਸਫਲ ਨਹੀਂ ਹੋਈ ਨਹੀਂ ਇਹ 19 ਤੱਕ ਹੈ ਇਹਨਾਂ ਦੇ ਕੌਮ ਖਤਮ ਗਵਰਨਮੈਂਟ ਦੀ ਕਾਂਗਰਸ ਤੇ ਤੁਸੀਂ ਤਾਂ ਖੁਸ਼ੀ ਦਾ ਜ਼ਿੰਮੇਵਾਰ ਹੋ ਤੁਸੀਂ 84 ਦਾ ਜ਼ਿੰਮੇਵਾਰ ਬੱਚੇ ਮਾਰਤੇ ਛੋਟੇ ਛੋਟੇ ਇੱਕ ਮਿੰਟ ਪਲੀਜ਼ ਕਾਮਨ ਖੜੇ ਕਰਨ ਤੇ ਆਇਆ ਸੀ ਇਹ ਪੰਜਾਬ ਦਾ ਜ਼ਿੰਮੇਵਾਰ ਕੋਣ ਯਾਰ ਬੜਾ ਕਰ ਰਹੇ ਹੋ ਇੱਕ ਮਿੰਟ ਪਲੀਜ਼ ਇਹ ਡਰਦੇ ਆ ਇੱਕ ਮਿੰਟ ਵਿਕਰਮ ਜੀ ਇੱਕ ਸਵਾਲ ਜਦੋਂ ਮੀਡੀਆ ਰਿਪੋਰਟਸ ਦੇ ਹਵਾਲੇ ਨਾਲ ਇਹ ਕਿਹਾ ਜਾ ਰਿਹਾ ਕਿ ਪਰਮਜੀਤ ਪੰਮਾ ਦੀ ਸ਼ਮੂਲੀਅਤ ਹੈਗੀ ਆ ਉਹਨਾਂ ਕੋਲੇ ਕਮਾਨ ਹੈਗੀ ਆ ਇਸ ਸਵਾਲ ਦੇ ਵਿੱਚ ਕਿੰਨਾ ਦਮ ਲੱਗਦਾ ਤੁਹਾਨੂੰ ਦੇਖੋ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਜਿਸ ਤਰ੍ਹਾਂ ਟਵਿੱਟਰ 'ਤੇ ਫੇਕ ਫੋਲੋਅਰਸ ਹੁੰਦੇ ਨੇ ਅਗਰ ਅਸੀਂ ਇੱਕ ਔਨਲਾਈਨ ਰੈਫਰੈਂਡਮ ਕਰਦੇ ਹਾਂ ਸਾਨੂੰ ਕੀ ਗਾਰੰਟੀ ਹੈ ਕਿ ਇਹ ਜੈਨੂਅਨ ਵੋਟਿੰਗ ਹੋ ਰਹੀ ਹੈ ਸੈਕਿੰਡਲੀ ਦਿਸ ਡਿਮਾਂਡ ਫੋਰ ਇੱਕ ਬੜੀ ਔਡ ਚੀਜ਼ ਹੈ ਕਿ ਰੈਫਰੈਂਡਮ ਦੀ ਡਿਮਾਂਡ ਵਿਦਆਊਟ UN ਸਪੋਂਸਰਸ਼ਿਪ ਇਜ਼ ਰਾਈਜ਼ਿੰਗ ਅਬਰੋਡ ਨੋਟ ਫਰੋਮ ਵਿਦਿਨ ਪੰਜਾਬ ਜਿਹਦੇ ਲੋਕ ਮੋਸਟ ਅਗਰੀਵ ਨੇ ਜਾਂ ਤਾਂ ਮੈਂ ਕਹਿੰਦਾ ਪੰਜਾਬ ਵਿੱਚ ਐਂ ਜਿਹਾ ਮੂਵਮੈਂਟ ਚੱਲੇ ਅਗਰੀਡ ਕਿ ਇਹਨਾਂ ਨੂੰ ਕੋਈ ਪ੍ਰੋਬਲਮ ਹੈ ਦੇ ਆਰ ਵਾਂਟਿੰਗ ਇਟ ਇਹ ਬਾਹਰੋਂ ਨਿਊਯਾਰਕ ਲੰਡਨ ਤੋਂ ਆ ਰਹੀ ਹੈ ਗੱਲ ਸੋ ਦਿਸ ਇਜ਼ ਫਸਟਲੀ ਵੈਰੀ ਔਡ ਦੂਜੀ ਗੱਲ ਇਹ ਐਸੋਸੀਏਸ਼ਨ ਆਫ ਪਰਮਜੀਤ ਪੰਮਾ ਵਿਦ
ISI कोई उत्थे डॉर्मेंट नहीं है, ISI खालिस्तान मूवमेंट दे पंजाब दे बुरे दिनों विच भी बहुत एक्टिव सी, सो ISI दा हैंड और इस रेफरेंडम 2020 विच रूल आउट नहीं असी कर सकते, वो मिसचिफ कर रहे ने, वो भारत नू पाकिस्तान सपोर्ट करदा पे, ISI सपोर्ट कर रहा है, पाकिस्तान ISI इज सपोर्टिंग, और ये जिहड़े खालिस्तान दे एलीमेंट्स ने इन द वेस्ट वो एडवांटेज करदे ने ऑफ 2-3 मेजर थिंग्स। वन कि जिहड़े सिक्स दे ग्रीवेंसेस ने उन्हां नू जस्टिस नहीं मिली, ठीक है, वो सब तो वड्डा गल। दूजा ये जो ISI वाले बंदे बैठे ये फॉरएवर लुक करते हैं कि असी सानू कोई मिसचिफ मोंगर्स मिल जाए जिन्हों आप एक्सप्लॉयट कर लिए, ठीक है, टू डिस्टेबलाइज इंडिया, ये इन्हों तो बड़ा बढ़ गया। तीसरी है कि ये जो खालिस्तान मूवमेंट वैसट सारा हैगा, इट वेरी वैल नोज कि खालिस्तान तो कभी बन नहीं सकता, इट इज़ एन ऑडिटी ऑफ द वर्स्ट काइंड, बट यू एक्सप्लॉयट करते हैं फॉर वट एवर रीजन की है, आई डोंट नो, दे नो इट बेस्ट, सो ये एक प्रेशर पॉइंट जहाँ बना के बैठ जाते हैं। और जी वैसट की गवर्नमेंट्स ने ਉਹ ਵੀ ਇਹਨਾਂ ਨੂੰ ਯੂਜ਼ ਕਰਦੀ ਹੈ ਟੂ ਐਜ਼ ਅ ਪ੍ਰੈਸ਼ਰ ਪੁਆਇੰਟ ਇਨ ਫੋਰਨ ਪਾਲਿਸੀ, ਠੀਕ ਹੈ, ਐਜ਼ ਅ ਜੀਓਪੋਲਿਟੀਕਲ ਪੁਆਇੰਟ, ਠੀਕ ਹੈ। ਗੁਰਤੇਜ ਸਿੰਘ ਜੀ, ਆਖਰੀ ਸਵਾਲ ਮੇਰਾ, ਰੈਫਰੈਂਡਮ ਦੇ ਰੋਲੇ ਚੋਂ ਕੁਝ ਨਿਕਲੇਗਾ? ਦੇਖੋ ਗੱਲ ਇਹ ਹੈਗੀ ਕਿ ਇਸ ਦੇ ਵਿੱਚੋਂ ਕੱਢਣ ਵਾਸਤੇ ਕੋਈ ਕੁਝ ਵੀ ਤਿਆਰ ਨਹੀਂ, ਕੋਈ ਭਾਰਤ ਨੂੰ ਵੰਡ ਸਕਦਾ? ਪਹਿਲੀ ਗੱਲ ਜਿਹੜਾ ਡਰ ਪਾਇਆ ਜਾ ਰਿਹਾ ਕੋਈ ਭਾਰਤ ਨੂੰ ਵੰਡ ਸਕਦਾ ਹੈ, ਪੰਜਾਬ ਨੂੰ ਪਾਸੇ ਕੀਤਾ ਜਾ ਸਕਦਾ? ਜਿਹੜਾ ਡਰ ਪਾਇਆ ਜਾ ਰਿਹਾ ਹੈ ਉਹ ISI ਸਪੋਰਟ ਕਰਦੀ ਹੈ, ਬਾਰ ਬਾਰ ਇਹ ਕਿਹਾ ਜਾ ਰਿਹਾ, ਔਰ ਜਦੋਂ ਤੱਕ ਤੁਸੀਂ 1983 ਤੋਂ ਬਾਅਦ ਸਟੱਡੀ ਕਰ ਲਓ, ISI ਨੇ ਸਦਾ ਗਵਰਨਮੈਂਟ ਆਫ ਇੰਡੀਆ ਨੂੰ ਸਪੋਰਟ ਕੀਤਾ, ਜਿਹੜੇ ਵੈਪਨ ਦਰਬਾਰ ਸਾਹਿਬ ਦੇ ਵਿੱਚ ਭੇਜੇ ਗਏ, ਤੁਸੀਂ ਖਾਰਜ ਕਰ ਰਹੇ ਹੋ ISI ਦੀ ਇਸ ਗੱਲ? ਬਿਲਕੁਲ, ਮੈਨੂੰ ਨਹੀਂ ਪਤਾ, ਮੈਂ ਮੇਰੀ ਵਾਕਫੀਅਤ ਨਹੀਂ ਕੋਈ, ਲੇਕਿਨ ISI ਨੇ ਜੋ ਗਵਰਨਮੈਂਟ ਆਫ ਇੰਡੀਆ ਦੀ ਸਪੋਰਟ ਕੀਤੀ ਹੈ। ਬੇਨਜ਼ੀਰ ਭੁੱਟੋ ਨੇ ਬਿਆਨ ਦਿੱਤਾ ਹੈ BBC ਨੂੰ 2 ਵਾਰ ਦਿੱਤਾ ਕਿ ਮੈਂ ਸਾਰਾ ਖਾੜਕੂਆਂ ਦੇ ਬਾਰੇ ਸਾਰੀ ਵਾਕਫੀਅਤ ਰਾਜੀਵ ਗਾਂਧੀ ਨੂੰ 1-to-1 ਮੀਟਿੰਗ ਦੇ ਵਿੱਚ ਦਿੱਤੀ ਸੀ, ਔਰ ਉਸ ਨੇ ਸਾਰਿਆਂ ਨੂੰ ਖਤਮ ਕਰਤਾ। ਇਹ ਜਿਹੜੇ ਬਾਹਰਲੇ ਮੁਲਕਾਂ ਦੀਆਂ ਗੱਲਾਂ ਕਰਦੇ ਨੇ, ਸਾਰੇ ਦੇ ਸਾਰੇ ਮੁਲਕਾਂ ਦੇ, ਇਹ ਸਾਰੇ ਉਹ ਮੁਲਕ ਹਨ ਜਿਨ੍ਹਾਂ ਨੇ ਕਿ ਇਹ ਜਿਹੜਾ ਕਨਿਸ਼ਕਾ ਕਾਂਡ ਹੋਇਆ ਸੀਗਾ ਉਸ ਦੇ ਉੱਤੇ ਹਿੰਦੁਸਤਾਨ ਦੀ ਸਰਕਾਰ ਨੂੰ ਸਿੱਖਾਂ ਨੂੰ ਕੰਡੈਮ ਕਰਨ ਵਾਸਤੇ ਗਵਾਹ ਤਿਆਰ ਕੀਤੇ, ਨਕਲੀ ਗਵਾਹ ਤਿਆਰ ਕੀਤੇ ਨੇ, ਔਰ ਹਜ਼ਾਰਾਂ ਲੱਖਾਂ ਰੁਪਏ ਦੇ ਕੇ, ਪਾਊਂਡ ਦੇ ਕੇ, ਔਰ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਵਾਅਦੇ ਕਰਕੇ ਉਹਨਾਂ ਨਾਲ ਉਹ ਤਿਆਰ ਕੀਤੇ ਨੇ। ਇਹ ਸਾਰੀਆਂ ਦੀਆਂ ਸਾਰੀਆਂ ਸਰਕਾਰਾਂ ਉਹ ਕਰਦੀਆਂ ਜਿਹੜੀ ਹਿੰਦੁਸਤਾਨ ਦੀ ਸਰਕਾਰ ਚਾਹੁੰਦੀ ਹੈ, ਤਾਂ ਇਹ ਬਿਲਕੁਲ ਇਹ ਗਲਤ ਹੈ ਕਿ ਬਾਹਰ ਦੇ ਲੋਕ ਇੰਟਰਫੇਅਰ ਕਰ ਰਹੇ ਹੈ, ਇਹ ਸਾਰੀ ਹਿੰਦੁਸਤਾਨ ਦੀ ਸਰਕਾਰ ਕਰਵਾ ਰਹੀ ਹੈ, ਔਰ ਇਸ ਵਾਸਤੇ ਕਰਵਾ ਰਹੀ ਹੈ ਕਿ ਇੱਥੇ ਕਿਸੇ ਤਰ੍ਹਾਂ ਦਾ ਸਿੱਖਾਂ ਦੇ ਬਰਖਿਲਾਫ ਸੈਂਟੀਮੈਂਟ ਉਭਾਰਿਆ ਜਾਵੇ, ਫਿਰ ਸਿੱਖਾਂ ਨੂੰ ਫੜ ਫੜ ਕੇ ਜੇਲ੍ਹ ਦੇ ਵਿੱਚ ਪਾਇਆ ਜਾਵੇ ਜਿਵੇਂ ਕਿ ਪਿਛਲੇ 3-4 ਸਾਲਾਂ ਤੋਂ ਜਾਰੀ ਹੈ। ਤੁਹਾਨੂੰ ਲੱਗਦਾ ਕਿ ਦੁਬਾਰਾ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ, ਦੁਬਾਰਾ ਉਸ ਅੱਗ ਵਿੱਚ ਧੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਬਿਲਕੁਲ ਬਿਲਕੁਲ। ਕਰਨੈਲ ਸੁਵੀਰ ਅਹਿਮਦ, ਆਖਰੀ ਸਵਾਲ, ਰੈਫਰੈਂਡਮ ਦੇ ਰੋਲੇ ਚੋਂ ਨਿਕਲੇਗਾ ਕੁਛ ਜਾਂ ਸਿਰਫ ਰੋਲਾ? ਦੇਖੋ, ਸਭ ਤੋਂ ਮੇਨ ਗੱਲ ਤਾਂ ਇਹ ਆ ਕਿ ਜਿਹੜੀਆਂ ਇੰਡੀਆ ਦੀਆਂ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਨੇ ਫੈਸਲਾ ਕਰਨਾ ਕਿ ਸਿੱਖਾਂ ਨੂੰ ਉਹਨਾਂ ਨੇ ਆਪਣੇ ਨਾਲ ਰੱਖਣਾ ਹੈ ਕਿ ਨਹੀਂ ਰੱਖਣਾ। ਜਿਹੜਾ 1947 ਦੇ ਵਿੱਚ ਸਵਾਲ ਸੀ, ਅੱਜ ਉੱਥੇ ਜਾ ਕੇ ਫਿਰ ਸਿੱਖ ਕੌਮ ਅਤੇ ਇੰਡੀਆ ਗੌਰਮੈਂਟ ਖੜ ਗਈ ਹੈ ਕਿ ਸਿੱਖ ਆਪਣੀ ਹੋਣੀ ਦਾ ਫੈਸਲਾ ਇੰਡੀਆ ਦੇ ਵਿੱਚ ਰਹਿ ਕੇ ਕਰਨ ਜਾਂ ਅਲੱਗ ਆਪਣੀ ਸੈਪਰੇਟ ਸਟੇਟ ਸਿੱਖ ਸਟੇਟ ਲੈ ਕੇ ਉੱਥੇ ਆਪਣਾ ਰਾਜ ਕਰਨ, ਕਿਉਂਕਿ ਇਹਨਾਂ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਹਿੰਦੂ ਰਾਸ਼ਟਰ ਦੇ ਜਵਾਬ ਵਿੱਚ ਹੈ ਰੈਫਰੈਂਡਮ? ਬਿਲਕੁਲ। ਚਲੋ ਇਸ ਚਰਚਾ ਨੂੰ ਇੱਥੇ ਸਮਾਪਤ ਕਰਦੇ ਹਾਂ। ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ, ਵਿਕਰਮ ਜੀ ਤੁਹਾਡਾ, ਪੀਰ ਮਹਿਮਦ ਤੁਹਾਡਾ, ਸਿੰਦਰ ਸਿੰਘ ਗਿੱਲ ਤੁਹਾਡਾ, ਕਿੰਗਰਾ ਸਾਹਿਬ ਤੁਹਾਡਾ, ਮਾਲਵ ਸਿੰਘ ਕੰਗ ਤੁਹਾਡਾ, ਬਹੁਤ ਧੰਨਵਾਦ, ਗੁਰਤੇਜ ਸਿੰਘ ਤੁਹਾਡਾ, ਬਹੁਤ ਧੰਨਵਾਦ। ਰੈਫਰੈਂਡਮ ਦਾ ਰੋਲਾ ਬਹੁਤ ਸਾਰਾ ਪਿਆ ਹੈਗਾ, ਸੋਸ਼ਲ ਮੀਡੀਆ 'ਤੇ ਰੋਲਾ ਪੈਂਦਾ, ਸੋਸ਼ਲ ਮੀਡੀਆ 'ਤੇ ਗੂੰਜ ਜਿਹੜੀ ਪਾਰਲੀਮੈਂਟ ਤੱਕ ਜਾਂਦੀ ਹੈ ਕੀ ਹੈ ਅਤੇ ਉਹ ਸਵਾਲ ਜਵਾਬ ਹੁੰਦੇ ਆ, ਇੱਕ ਜਿਵੇਂ ਚਿੱਠੀਆਂ ਲਿਖੀਆਂ ਜਾਂਦੇ ਪਰ ਚਿੱਠੀਆਂ 'ਚੋਂ ਨਿਕਲੇਗਾ ਕੀ, ਰੈਫਰੈਂਡਮ ਦਾ ਰੋਲਾ ਅਸਲ ਵਿੱਚ ਹੈ ਕੀ ਹੈ, ਇਹਦਾ ਬਲਿਊ ਪ੍ਰਿੰਟ ਕੀ ਹੈ, ਕਿੱਥੇ ਪਿਆ ਇਹ ਰੈਫਰੈਂਡਮ ਹੋਵੇਗਾ ਕਿਵੇਂ, ਇਹ ਕੌਣ ਦੱਸੇਗਾ? ਸਵਾਲ ਬਹੁਤ ਸਾਰੇ ਹੈਗੇ, ਜਦੋਂ ਇਸਦਾ ਜਵਾਬ ਮਿਲ ਗਿਆ ਮੈਂ ਫਿਰ ਹਾਜ਼ਰ ਹੋਊਂਗਾ। ਬਹੁਤ ਧੰਨਵਾਦ।